ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬੁਆੜ ਜਿਉਂ ਸੁਣੈ ਅੰਦਰ ਖੇਤ। ਖਿੱਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹ ਫਲੀਏ ਫੁਲੀਏ ਬਪੜੇ ਪੀ ਤਨ ਵਿੱਚ ਸਵਾਨਾ ਹੋਂ ਜਤੀ ਸਤੀ ਨਹੀਂ ਪੜਿਆ। ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ। ਸਤਨਾਮ ਵਾਹਿਗੁਰੂ ਸਹਿਜਿਓ ਆਸਾ ਮਹਿਲਾ ਚੌਥਾ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ। ਗੁਰ ਸਤਿਗੁਰ ਸੱਚਾ ਸ਼ਾਹ ਹੈ ਸਿੱਖ ਦੇ ਹਰ ਰਾਸੇ ਤਨ ਤਨ ਵਣ ਜਾਰਾ ਵਣਜ ਹੈ ਗੁਰ ਸ਼ਾਹ ਸਾਸੇ ਜਨ ਨਾਨਕ ਗੁਰ ਕਿਨੀ ਪਾਇਆ ਜਿਨ ਤੁਰ ਲਿਖਤ ਲੀਲਾਟ ਲਿਖਾਸੇ। ਕਮਾਲ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ ਅਮਾ ਬਖਸ਼ ਬਖਸ਼ਿੰਦੇ ਹੋ ਦਸਤਗੀਰ ਖਤਾ ਬਖਸ਼ ਰੋਜ਼ੀ ਦੇ ਹੋ ਦਿਲ ਪਜ਼ੀਰ ਸ਼ਹਿਨਸ਼ਾਹੀ ਵਾਲੀ ਸੁੱਖਾਂ ਦੇ ਖਜ਼ਾਨੇ ਨਾਮ ਕੇ ਬੋਹਿਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਗੁਰੂ ਪਿਆਰੇ ਸਤਸੰਗੀ ਜਨੋ ਸਤਿਗੁਰਾਂ ਨੇ ਤਰਸ ਕੀਤਾ ਮਿਹਰ ਕੀਤੀ ਆਪਣੇ ਸ਼ਬਦ ਦੀ ਵਿਚਾਰ ਬਾਣੀ ਦੀ ਵਿਚਾਰ ਸੁਣਨ ਦੀ ਦਾਤ ਬਖਸ਼ੀ ਹੈ ਜੀ। ਧੁਰ ਮਸਤਕ ਕਰਮ ਹੈ ਅਤੇ ਬੈਠੇ ਹਾਂ, ਨਹੀਂ ਤਾਂ ਸਤਿਗੁਰੂ ਜੀ ਦੀ ਬਾਣੀ ਤੋਂ ਛੁੱਟ ਕੇ ਛੁੱਟੇ ਤਿਲ ਬੁਆੜ ਜਿਉਂ ਸੁਣੈ ਅੰਦਰ ਖੇਤ। ਨਹੀਂ ਤਾਂ ਸਤਿਗੁਰੂ ਜੀ ਤੋਂ ਵਿਛੜ ਕੇ ਹਰ ਬਿਸਰਤ ਸਦਾ ਖੁਆਰੀ ਖੁਆਰੀ ਹੁੰਦੇ ਹਾਂ। ਸਤਿਗੁਰੂ ਜੀ ਨੇ ਕਿਰਪਾ ਕੀਤੀ ਸ਼ਾਂਤ ਵਰਤਾਉਣ ਵਾਸਤੇ, ਠੰਡ ਵਰਤਾਉਣ ਵਾਸਤੇ ਇਸ ਬਾਣੀ ਦੀ ਵਿਚਾਰ ਦਾ ਸਮਾਂ ਬਖਸ਼ਿਆ। ਆਪ ਅਸੀਸ ਬਖਸ਼ੋ, ਜਿੰਨੇ ਗੁਰਦਰਬਾਰ ਦੇ ਵਿੱਚ ਮੌਜੂਦ ਹੋ ਤੌਫੀਕ ਬਖਸ਼ੋ, ਆਪ ਸੰਗਤਾਂ ਦੀ ਚਰਨ ਬੋਸੀ ਕਰ ਸਕਾਂ। ਕੋਈ ਵੀ ਰਸਨਾ ਵਿਰਵੀ ਨਾ ਰਹੇ, ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਚੌਥਾ, ਪਰਸੋਂ ਵੀ ਜ਼ਿਕਰ ਕੀਤਾ ਸੀ ਕਿ ਇਹ ਛੰਤ 24 ਛੰਤ ਆਸਾ ਕੀ ਵਾਰ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ, ਕਿਉਂਕਿ ਵਾਰ ਦੇ ਸਿੱਧਾ ਸੰਬੰਧ ਪੌੜੀਆਂ ਨਾਲ ਹੁੰਦਾ, ਸਲੋਕ ਨਾਲ ਕੋਈ ਸੰਬੰਧ ਨਹੀਂ ਹੁੰਦਾ। ਜਿਹੜੇ ਗੁਰੂ ਸਾਹਿਬਾਨਾਂ ਦਾ ਸਿਰਲੇਖ ਅੰਕ ਹੁੰਦਾ, ਭਾਵੇਂ ਦੂਜਾ ਭਾਵੇਂ ਤੀਜਾ ਚੌਥਾ, ਅਸੀਂ ਇਹ ਪੜ੍ਹਿਆ ਕਿ ਪੌੜੀ ਉਸ ਗੁਰੂ ਸਾਹਿਬਾਨਾਂ ਦੀ ਹੁੰਦੀ, ਜਾਂ ਨਾਲ ਲਿਖਿਆ ਹੋਏ ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ, ਇਹਦੇ ਵਿੱਚ ਪੌੜੀਆਂ ਅਤੇ ਗੁਰੂ ਨਾਨਕ ਸਾਹਿਬ ਦੀਆਂ ਨੇ, ਨਾਲ ਸਲੋਕ ਮਹੱਲਾ ਪਹਿਲਾ ਵੀ ਨੇ ਨਾਲ ਨੇ। ਇਸ ਤਰ੍ਹਾਂ ਹੀ ਆਪਾਂ ਅੱਗੇ ਪੜ੍ਹਾਂਗੇ ਜੈਤ ਸਰੀ ਕੀ ਵਾਰ ਦੇ ਵਿੱਚ, ਜਿਹਦੇ ਵਿੱਚ ਪਹਿਲਾ ਸ਼ਬਦ ਹੀ ਹੈ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ, ਉਹ ਹੈ ਮਹੱਲਾ ਪੰਜਵਾਂ। ਇਸ ਕਰਕੇ ਉਹਦੇ ਵਿੱਚ ਸਲੋਕ ਮਹੱਲਾ ਅੰਕ ਕੋਈ ਵੀ ਨਹੀਂ ਹੈ। ਤੁਸੀਂ ਦੇਖੋਗੇ ਇਕੱਲਾ ਸਲੋਕ ਹੀ ਆਉਂਦਾ ਸਾਰੀ ਪੌੜੀ 'ਚ, ਸਲੋਕ ਸਲੋਕ ਸਲੋਕ, ਕਿਉਂਕਿ ਉੱਤੇ ਸਿਰਲੇਖ ਆ ਗਿਆ ਕਿ ਇਹ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਹੈ। ਇਸੇ ਕਰਕੇ ਅੱਗੇ ਹੁਣ ਇਹ ਛੰਤ ਇਸ ਤਰ੍ਹਾਂ ਚੱਲ ਰਹੇ ਨੇ, ਛੰਤ ਚਾਰ ਚਾਰ ਕਰਕੇ ਹੈਗੇ ਹੈ, ਪਰ ਉਹਦੇ ਉੱਤੇ ਮਹੱਲਾ ਚੌਥਾ ਦੁਬਾਰਾ ਇਸ ਲਈ ਨਹੀਂ ਆਇਆ ਕਿਉਂਕਿ ਪਤਾ ਹੈ ਇਹ ਗੁਰੂ ਰਾਮਦਾਸ ਜੀ ਦਾ ਹੀ ਹੈ। ਦੂਸਰਾ ਜ਼ਿਕਰ ਰਾਮ ਰਾਜੇ ਦਾ ਅੱਜ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਕੀਤਾ, ਮੈਨੂੰ ਕੱਲ੍ਹ ਵੀ ਕਿਹਾ ਕਿ ਇਹ ਸੰਗਤਾਂ ਨੂੰ ਚਾਨਣ ਪਾਇਓ ਕਿ ਹਰ ਛੰਤ ਦੀ ਅੰਤ ਜਿਹੜੀ ਤੁਕ ਹੈ ਉੱਤੇ ਰਾਮ ਰਾਜੇ ਕਿਉਂ ਆਇਆ, ਇਹ ਸਿਰਫ ਤੁਕਾਂਤ ਪੂਰਾ ਕਰਨ ਦੇ ਵਾਸਤੇ ਹੈ, ਤੋਲ ਪੂਰਾ ਕਰਨ ਦੇ ਵਾਸਤੇ,
ਗੁਰੂ ਸਾਹਿਬ ਜੀ ਨੇ ਪਿਆਰ ਨਾਲ ਵਰਤਿਆ, ਗੁਰੂ ਕੇ ਚੋਜ ਗੁਰੂ ਜਾਣਨ। ਆਓ ਜੀ, ਹਰ ਅੰਮ੍ਰਿਤ ਭਗਤ ਭੰਡਾਰ ਹੈ, ਗੁਰੂ ਕੋਲ ਭੰਡਾਰ ਨੇ, ਬਾਣੀ ਦੇ ਅੰਮ੍ਰਿਤ ਦੇ, ਨਾਮ ਦੇ ਅੰਮ੍ਰਿਤ ਹੈ, ਅੰਮ੍ਰਿਤ ਦੇ। ਗੁਰ ਸਤਿਗੁਰ ਪਾਸੇ ਰਾਮ ਰਾਜੇ, ਰਾਮ ਰਾਜੇ ਉਸ ਪਿਆਰ ਵਾਸਤੇ, ਪ੍ਰਭੂ ਵਾਸਤੇ ਵਰਤਿਆ, ਤਾਂ ਕਿ ਰੱਬ ਚੇਤਾ ਰਹੇ, ਗੁਰੂ ਚੇਤਾ ਰਹੇ। ਗੁਰ ਸਤਿਗੁਰ ਸੱਚਾ ਸ਼ਾਹ ਹੈ, ਸਿੱਖ ਦੇ ਹਰ ਰਾਸੇ। ਗੁਰੂ ਇੱਕ ਸ਼ਾਹ ਵਣਜਾਰਾ ਹੈ, ਇੱਕ ਸ਼ਾਹ ਪੱਕਾ ਹੈ। ਜਿਹੜਾ ਵੀ ਕੋਈ ਗੁਰੂ ਕੋਲ ਆਉਂਦਾ ਹੈ, ਉਹਨੂੰ ਸਤਿਗੁਰੂ ਜੀ ਇਹ ਰਾਸ ਪੂੰਜੀ ਦਿੰਦੇ ਹੀ ਦਿੰਦੇ ਹੈ। ਅੱਗੇ ਕਹਿੰਦੇ ਉਹ ਵਣਜਾਰਾ ਵੀ ਧੰਨ ਹੈ ਜਿਹੜਾ ਗੁਰੂ ਕੋਲ ਆਇਆ। ਗੁਰੂ ਤਾਂ ਧੰਨ ਹੈ, ਆਪ ਸੰਗਤ ਵੀ ਧੰਨਤਾ ਦੇ ਯੋਗ। ਗੁਰੂ ਰਾਮਦਾਸ ਜੀ ਕਹਿੰਦੇ ਧੰਨ ਧੰਨ ਵਣਜਾਰਾ ਵਣਜ ਹੈ, ਅਸੀਂ ਵਣਜ ਕਰਨ ਵਾਸਤੇ ਬੈਠੇ ਹਾਂ। ਵਣਜ ਕਰੋ ਵਣਜਾਰਿਓ ਵੱਖਰ ਲਿਹੋ ਸੰਭਾਲ, ਸੰਭਾਲ ਕੇ ਰੱਖੋ ਇਹ ਨਾਮ ਨੂੰ ਗੁਰਸ਼ਾਹ ਸਾਬਾਸੇ। ਗੁਰੂ ਸ਼ਾਬਾਸ਼ ਕਹਿੰਦਾ ਗੁਰੂ ਕੇ ਸਿੱਖੋ ਜਨ ਨਾਨਕ, ਗੁਰੂ ਤਿਨੀ ਪਾਇਆ ਨਾਨਕ ਦੇ ਕੱਕੇ ਨੂੰ ਔਂਕੜ। ਗੁਰੂ ਰਾਮਦਾਸ ਜੀ ਕਹਿੰਦੇ ਹੈ ਗੁਰੂ ਕੇ ਸਿੱਖੋ ਜੇ ਇਹ ਬਖਸ਼ਿਸ਼ਾਂ ਲੈਣੀਆਂ ਨੇ ਨਾ, ਪ੍ਰਾਪਤੀ ਕਰਨੀ ਹੈ ਗੁਰੂ ਦੀ, ਉਹਨਾਂ ਨੇ ਹੀ ਗੁਰੂ ਨੂੰ ਪਾਇਆ ਹੈ। ਜਿਨ ਧੁਰ ਲਿਖਤ ਲਿਲਾਟ ਲਿਖਾ ਸੇ, ਲਿਲਾਟ ਲਫਜ਼ ਹੈ ਸਾਡੀ ਬੋਲੀ ਪੰਜਾਬੀ ਦਾ, ਇਹਨੂੰ ਕਹਿੰਦੇ ਮੱਥੇ ਦੇ ਉੱਤੇ, ਮੱਥੇ ਉੱਤੇ ਲਿਲਾਟ ਕਹਿੰਦੇ। ਜਿਨ੍ਹਾਂ ਦੇ ਮਸਤਕ 'ਤੇ ਭਾਗ ਨੇ ਉਹੀ ਸਤਿਗੁਰ ਜੀ ਦੇ ਪਾਸੋਂ ਇਹ ਨਾਮ ਧੰਨ ਲੈਣਗੇ ਜੀ। ਸ਼ਾਹ ਮਾਰਾ ਤੂੰ ਧਣੀ, ਸਭ ਜਗਤ ਵਣਜਾਰਾ ਰਾਮ ਰਾਜੇ, ਸਭ ਭਾਂਡੇ ਤੁਧੈ ਸਾਜਿਆ, ਵਿੱਚ ਵਸਤ ਹਰ ਥਾਰਾ, ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ, ਜਨ ਨਾਨਕ ਕਉ ਹਰ ਬਖਸ਼ਿਆ, ਹਰ ਭਗਤ ਭੰਡਾਰਾ। ਸਤਿਗੁਰੂ ਜੀ ਬੜੀ ਕਿਰਪਾ ਕਰਦੇ ਨੇ ਜੀ। ਗੁਰੂ ਰਾਮਦਾਸ ਜੀ ਕਹਿੰਦੇ ਸੱਚ ਸ਼ਾਹ ਹਮਾਰਾ ਤੂੰ ਧਣੀ, ਤੂੰ ਬੜਾ ਧਣੀ ਹੈ, ਬੜਾ ਵੱਡਾ ਹੈ। ਧਣੀ ਦਾ ਮਤਲਬ ਕਿ ਦੁਨੀਆ ਦਾ ਕੋਈ ਵੀ ਧਨਵਾਨ ਬੰਦਾ ਹੈ, ਉਸ ਧਨਵਾਨ ਤੋਂ ਵੀ ਧਨਵਾਨ ਰੱਬ ਹੈ, ਵਾਹਿਗੁਰੂ ਜੀ ਹੈ, ਸੱਚਾ ਸ਼ਾਹ ਹੈ, ਜਿਹਦੇ ਖਜ਼ਾਨਿਆਂ ਦਾ ਕੋਈ ਤੋਟ ਨਹੀਂ ਹੈ, ਜਿਹਦੇ ਖਜ਼ਾਨੇ ਕੋਈ ਲੁੱਟ ਨਹੀਂ ਸਕਦਾ। ਪਰ ਇੱਥੇ ਅਸੀਂ ਕੌਣ ਹਾਂ? ਸਤਿਗੁਰੂ ਜੀ ਕਹਿੰਦੇ ਸਭ ਜਗਤ ਵਣਜਾਰਾ ਰਾਮ ਰਾਜੇ, ਅਸੀਂ ਵਣਜ ਕਰਨ ਵਾਸਤੇ ਆਇਆ, ਸਤਿਗੁਰੂ ਜੀ ਤੋਂ ਨਾਮ ਲੈਣ ਵਾਸਤੇ ਆਇਆ। ਹੁਣ ਇਹ ਜਿਹੜੇ ਭਾਂਡੇ ਨੇ ਨਾ, ਇਹ ਭਾਂਡੇ ਦੋ ਤਰ੍ਹਾਂ ਦੇ ਨੇ। ਇੱਕ ਭਾਂਡਾ ਗੁਰੂ ਰਾਮਦਾਸ ਜੀ ਕਹਿੰਦੇ ਕੰਚਨ ਵਰਗਾ ਹੋ ਗਿਆ, ਜਿਹਨੂੰ ਕਿਹਾ ਸੀ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ, ਇਹ ਭਾਂਡਾ ਕੰਚਨ ਹੋ ਗਿਆ। ਪਰ ਇਹ ਭਾਂਡਾ ਕੱਚਾ ਉਹਦਾ ਰਹਿ ਗਿਆ ਜਿਹਨੇ ਨਾਮ ਨਹੀਂ ਜਪਿਆ, ਜਿਹਨੇ ਤਪਾਇਆ ਨਹੀਂ। ਪਰ ਇਹ ਭਾਂਡੇ ਸਾਰੇ ਰੱਬ ਦੇ ਨੇ, ਅਤੇ ਅੰਦਰ ਵਸਤੂ ਵੀ ਰੱਬ ਨੇ ਪਾਈ ਹੈ। ਇਹਨੂੰ ਕਿਹਾ ਸਭ ਭਾਂਡੇ ਤੁਧੈ ਸਾਜਿਆ, ਵਿੱਚ ਵਸਤ ਹਰ ਥਾਰਾ। ਥਾਰਾ ਮਾਰਾ ਰਾਜਸਥਾਨੀ ਲਫਜ਼ ਹੈ ਕਿ ਇਹ ਵਸਤੂ ਥਾਰੀ ਪਾਈ, ਤੁਹਾਡੀ ਵਸਤੂ ਪਾਈ ਹੋਈ। ਪਰ ਸਤਿਗੁਰੂ ਜੀ ਕਿਸੇ ਦੇ ਵਸ ਕੀ ਹੈ? ਕਿਸੇ ਦੇ ਅੰਦਰੋਂ ਪਾਪ ਨਿਕਲਦੇ, ਕਿਸੇ ਦੇ ਅੰਦਰੋਂ ਪੁੰਨ ਨਿਕਲਦੇ, ਕਿਸੇ ਦੇ ਅੰਦਰੋਂ ਕਬੋਲ ਨਿਕਲਦੇ, ਕਿਸੇ ਦੇ ਅੰਦਰੋਂ ਪ੍ਰਭੂ ਦੀ ਬੰਦਗੀ ਸਿਫਤ ਸਲਾਹ ਨਿਕਲਦੀ। ਜੋ ਪਾਵੇ ਹੈ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਕੋਈ ਵਿਚਾਰਾ ਕੀ ਕਹਿ ਸਕਦਾ ਕਿ ਉਹ ਇੰਨਾ ਧਨਵਾਨ ਕਿਉਂ ਰੱਬ ਦੀ ਬੰਦਗੀ 'ਚ, ਅਤੇ ਉਹ ਇੰਨਾ ਪਾਪੀ ਕਿਉਂ? ਇਹ ਵਸਤੂ ਤਾਂ ਪ੍ਰਭੂ ਨੇ ਪਾਈ ਹੈ। ਪਰ ਸਤਿਗੁਰੂ ਜੀ ਕਹਿੰਦੇ ਜਨ ਨਾਨਕ ਕਉ ਹਰ ਬਖਸ਼ਿਆ, ਹਰ ਭਗਤ ਭੰਡਾਰਾ। ਗੁਰੂ ਨਾਨਕ ਸਾਹਿਬ ਕਹਿੰਦੇ ਪ੍ਰਭੂ ਕੋਲ ਇਹ ਨਾਮ ਹੈ, ਅਤੇ ਇਹ ਨਾਮ ਇਸ ਭਾਂਡੇ 'ਚ ਪੁਆਇਆ, ਸਰੀਰ 'ਚ ਪੁਆਇਆ ਜਾ ਸਕਦਾ। ਜੇ ਕੋਈ ਭਗਤੀ ਕਰੇ ਤਾਂ ਇਸ ਭੰਡਾਰੇ ਨੂੰ ਪ੍ਰਾਪਤ ਕਰ ਸਕਦਾ ਹੈ ਜੀ। ਤੇਰੇ ਪਿਥ ਰਹਿ ਸਵਾਮੀ, ਜਪੋ ਜੀ ਤੂੰ ਅਪਰ ਅਪਾਰੋ ਰਾਮ ਰਾਜੇ, ਹਰ ਨਾਮ ਸਲਾਹ ਹੈ ਦਿਨ ਰਾਤ, ਇਹਾ ਆਸ ਆਧਾਰੋ, ਹਮ ਮੂਰਖ ਕਿਛੂ ਨਾ ਜਾਣਹਾ, ਕਿਵ ਪਾਵਹ ਪਾਰੋ, ਜਨ ਨਾਨਕ ਹਰਿ ਕਾ ਦਾਸ ਹੈ, ਹਰਿ ਦਾਸ ਪਨਹਾਰੋ। ਹਾਂਜੀ, ਅਗਲਾ ਛੰਦ ਵਿਥਰਹਿ ਦਾ ਮਤਲਬ ਹੈ ਵਿਸਥਾਰ ਦੇ ਵਿੱਚ ਬਿਆਨ ਕਰਨਾ। ਅਕਥ ਨੂੰ ਕੋਈ ਨਹੀਂ ਕੱਥ ਸਕਦਾ, ਪਰ ਸਤਿਗੁਰੂ ਜੀ ਕਹਿੰਦੇ ਜੇ ਕੋਈ ਕੋਸ਼ਿਸ਼ ਕਰ ਸਕਦਾ ਤਾਂ ਸਿਰਫ ਉਹ ਧਿਆ ਸਕਦਾ, ਸਿਫਤ ਸਲਾਹ ਉਚਾਰ ਸਕਦਾ,
ਸਿਰ ਤੇ ਸਲਾਹ ਦੇ ਗੁਣ ਗਾ ਸਕਦਾ ਪਰ ਕਾਬੂ ਨਹੀਂ ਪਾ ਸਕਦਾ। ਸਭ ਕੋ ਤੇਰਾ ਵਸ ਅਗਮ ਅਗੋਚਰਾ, ਸਾਰਾ ਕੁਝ ਤੂੰ ਵਸ, ਨਾ ਤੂੰ ਆਵੈ ਵਸ ਬਹੁਤ ਘਿਣਾਣਵੇਂ, ਨਾ ਤੂੰ ਆਵੈ ਵਸ ਤੀਰਥ ਨਹਾਈਐ, ਨਾ ਤੂੰ ਆਵੈ ਵਸ ਧਰਤੀ ਧਾਈਐ, ਜੋ ਮਰਜ਼ੀ ਕਰ ਲਓ। ਸਤਿਗੁਰੂ ਜੀ ਕਹਿੰਦੇ ਹਮ ਕਿਆ ਗੁਣ ਤੇਰੇ ਵਿਤਰ ਹੈ ਸਵਾਮੀ, ਤੂੰ ਅਪਰ ਅਪਾਰੋ ਰਾਮ ਰਾਜੇ। ਪਰਲਾ ਬੰਨਾ ਅਪਰ ਅਪਾਰੋ ਨਹੀਂ ਪਾਇਆ ਜਾ ਸਕਦਾ ਸਤਿਗੁਰੂ ਜੀ, ਹਰ ਨਾਮ ਸਲਾਹ ਹੈ ਦਿਨ ਰਾਤ, ਅਸੀਂ ਬਸ ਇੱਕੋ ਹੀ ਕੰਮ ਕਰ ਸਕਦੇ ਹਾਂ, ਸਿਫਤ ਸਲਾਹ ਕਰ ਸਕਦੇ ਹਾਂ। ਇਹ ਆਸ ਆਧਾਰੋ, ਇਹੀ ਸਾਡੀ ਆਸ, ਸਾਨੂੰ ਆਸਰਾ ਦੇਣ ਵਾਲੀ ਸਾਡਾ ਆਧਾਰ ਹੈ। ਜੇ ਇਹ ਵੀ ਨਾ ਜਪੀਏ ਤਾਂ ਫਿਰ ਦੁੱਖਾਂ 'ਚ ਸੜ ਜਾਵਾਂਗੇ, ਕਲੇਸ਼ਾਂ 'ਚ ਮਨ ਨਾਸ਼ ਹੋ ਜਾਏਗਾ, ਤਪ ਪਏਗਾ। ਸਤਿਗੁਰੂ ਜੀ ਹਮ ਮੂਰਖ ਕਿਛੂ, ਇਵੇਂ ਹੀ ਪੜਿਓ ਜਿਵੇਂ ਭਾਈ ਸਾਹਿਬ ਨੇ ਉਚਾਰਨ, ਆਪਾਂ ਕਛੂ ਪੜ ਕੇ ਲੰਘ ਜਾਂਦੇ ਹਾਂ, ਨਹੀਂ ਜੀ। ਹਮ ਮੂਰਖ ਕਿਛੂ ਨਾ ਜਾਣਹਾ, ਅਸੀਂ ਕੁਝ ਨਹੀਂ ਜਾਣਦੇ ਕਿ ਇਹ ਸੰਸਾਰ ਦਾ ਸਮੁੰਦਰ ਕਿਵੇਂ ਪਾਰ ਕਰੀਏ। ਕਿਵ ਪਾਵਹ ਪਾਰੋ, ਜਨ ਨਾਨਕ ਹਰ ਕਾ ਦਾਸ ਹੈ ਹਰਦਾਸ ਪਨਿਹਾਰੋ। ਗੁਰੂ ਰਾਮਦਾਸ ਜੀ ਨਾਨਕ ਦੇ ਕੱਕੇ ਨੂੰ ਔਂਕੜ, ਜਿਹੜੇ ਬੰਦਗੀ ਕਰਦੇ ਨੇ, ਅਸੀਂ ਉਹਨਾਂ ਦੇ ਦਾਸ ਹਾਂ ਅਤੇ ਉਹਨਾਂ ਦੇ ਦਾਸਾਂ ਦੇ ਪਾਣੀ ਹਾਰ ਹਾਂ। ਪੀਵੇ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਉਂ, ਪੱਖਾਂ ਫੇਰੀ ਪਾਂਵ ਮਲੋਵਾਂ, ਜਪਤ ਰਹਾ ਤੇਰਾ ਨਾਉ। ਸਤਿਗੁਰੂ ਜੀ ਕਹਿੰਦੇ ਜਿਹੜੇ ਜਪਦੇ ਨੇ ਨਾ, ਉਹਨਾਂ ਦੇ ਅਸੀਂ ਪਾਣੀ ਹਾਰ ਹਾਂ ਜੀ। ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਹਮ ਭੂਲ ਵਿਗਾੜੇ ਦਿਨ ਸੇ ਰਾਤ, ਹਰ ਲਾਜ ਰਖਾਏ ਹਮ ਬਾਰਿਕ ਤੂੰ ਗੁਰ ਪਿਤਾ ਹੈ, ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ। ਇਹਨੂੰ ਸਤਿਗੁਰੂ ਜੀ ਕਹਿੰਦੇ ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਗ ਪ੍ਰਭੂ ਭਾਵੇਂ ਮਾਂ। ਇਹਨੂੰ ਹੀ ਕਿਹਾ ਜੀ ਕਬੀਰ ਸਾਹਿਬ ਜਿਹੜੇ ਬਚਨ ਕਰਦੇ ਭਗਤ ਜੀ ਕਿ ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸਰ ਹੋ ਕੇ ਪਿਆਰ, ਨਾਮ ਤੇਰਾ ਆਧਾਰ ਮੇਰਾ ਜਿਉਂ ਫੂਲ ਜਈ ਹੈ ਨਾਰ, ਕਹੋ ਕਬੀਰ ਗੁਲਾਮ ਕਰ ਕਾ ਘਰ ਕਾ, ਜੀ ਆਵੈ ਭਾਵੇਂ ਮਾਰ। ਹੁਣ ਭਾਵੇਂ ਜਿਵੇਂ ਮਰਜ਼ੀ ਰੱਖ ਪ੍ਰਭੂ, ਅਸੀਂ ਤੁਹਾਡੀ ਸ਼ਰਨ 'ਚ ਆ ਚੁੱਕੇ ਹਾਂ, ਜੀ ਆਵੇ ਭਾਵੇਂ ਹਿਰਦੇ ਨਾਲ ਲਾ ਲੈ ਅਤੇ ਭਾਵੇਂ ਮਾਰ ਕੇ ਰੱਖ ਲੈ। ਇਹਨੂੰ ਕਿਹਾ ਹਮ ਮੂਰਖ, ਕਿਉਂਕਿ ਮੂਰਖ ਇਸੀ ਰੂਪ 'ਚ ਆ ਨਾ। ਸਤਿਗੁਰੂ ਜੀ ਕਹਿੰਦੇ ਕਿ ਕਿਰਪਾ ਕਰੋ ਹਮ ਕਿਆ ਗੁਣ ਤੇਰੇ ਵਿਥਰੇ ਸਵਾਮੀ, ਇਹ ਪੜ੍ਹਿਆ ਸੀ ਕਿ ਗੁਣ ਅਸੀਂ ਸੰਪੂਰਨ ਉਚਾਰ ਨਹੀਂ ਸਕਦੇ, ਇਸ ਕਰਕੇ ਸਿਰਫ ਸਿਫਤ ਸਲਾਹ ਕਰਦੇ ਹਾਂ, ਅਤੇ ਸਿਫਤ ਸਲਾਹ ਕਰਦੇ ਕਰਦੇ ਅਸੀਂ ਸ਼ਰਨ ਆਇਆ, ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਪ੍ਰਭੂ ਜੀ ਤੁਹਾਡੀ ਸ਼ਰਨ 'ਚ ਆਏ, ਪਰ ਅਸੀਂ ਕਰੀਏ ਕੀ, ਕਦਮ ਕਦਮ 'ਚ ਅਸੀਂ ਭੁੱਲਦੇ ਹਾਂ ਅਤੇ ਵਿਗੜ ਜਾਂਦੇ ਹਾਂ ਵਿਕਾਰਾਂ ਦੇ ਵਿੱਚ। ਹਮ ਭੂਲ ਵਿਗਾੜੇ ਹੈ ਦਿਨ ਸਰਾਤ, ਕਿੱਥੇ ਦਿਨ ਦਿਨ ਵੇਲੇ ਵੀ ਨਹੀਂ, ਰਾਤ ਵੀ ਸੁੱਤੇ ਹੋਏ ਸੁਫਨਿਆਂ 'ਚ ਵੀ ਭੁੱਲਾਂ, ਵਿਕਾਰਾਂ ਦਾ ਐਸਾ ਜੰਜਾਲ ਹੈ। ਹਮ ਭੂਲ ਵਿਗਾੜੇ ਹੈ ਦਿਨ ਸਰਾਤ, ਹਰ ਲਾਜ ਰਖਾਏ ਪ੍ਰਭੂ। ਪੈਜ ਰੱਖੋ, ਪਤ ਰੱਖੋ, ਹਮ ਬਾਰਕ ਤੂੰ ਗੁਰ ਪਿਤਾ ਹੈ। ਬੜਾ ਪਿਆਰਾ ਬਚਨ ਹੈ ਜੀ, ਜੈਸਾ ਬਾਰਕ ਭਾਏ ਸੁਭਾਏ, ਲਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ, ਬਹੁ ਭਾਂਤੀ ਬਹੁਰ ਪਿਤਾ ਗੱਲ ਲਾਵੈ। ਸਾਰੇ ਜਪੋ, ਪਿਛਲੇ ਅਵਗੁਣ ਬਖਸ਼ ਲਏ, ਪ੍ਰਭ ਆਗੈ ਮਾਰਗ ਪਾਵੈ। ਐਸਾ ਪਿਤਾ ਹੈ ਸਤਿਗੁਰੂ ਜੀ, ਅਸੀਂ ਬਾਰਕ ਹੈਗੇ ਹਾਂ, ਤੂੰ ਗੁਰ ਪਿਤਾ, ਗੁਰੂ ਪਿਤਾ ਜੀ ਹੋ ਤੁਸੀਂ। ਸਤਿਗੁਰੂ ਜੀ ਦੇ ਮਤ ਸਮਝਾਏ, ਮਤ ਦਿਓ ਅਤੇ ਸਮਝਾਵੋ, ਜਨ ਨਾਨਕ ਦਾਸ ਹਰ ਕਾਂਢਿਆ। ਸਾਨੂੰ ਇਸ ਡੁੱਬਦੇ ਚਿੱਕੜ ਦੇ ਵਿੱਚੋਂ ਕੱਢ ਲਓ। ਅਤੇ ਜਿਸ ਦਿਨ ਕਾਂਢਿਆ, ਕਾਂਢਿਆ ਦੇ ਦੋ ਅਰਥ ਨੇ, ਇੱਕ ਤਾਂ ਕੱਢ ਲੈਣਾ, ਇੱਕ ਕਹਿੰਦਾ ਕੰਡੀ ਦੇ ਉੱਤੇ ਸ਼ਾਬਾਸ਼ ਥਾਪੜਾ ਦੇ ਦੇਣਾ, ਗੁਰਥਾਪੀ ਦਿੱਤੀ ਕੰਢ ਜੀਓ। ਜਿਹਨੂੰ ਇਹ ਥਾਪੜਾ ਮਿਲ ਜਾਏ ਨਾ, ਭਾਵ ਆਹ ਜਿਹੜੇ ਬੈਠੇ ਹਾਂ ਅਸੀਂ, ਇਹ ਸਮਝੋ ਕਿ ਸਤਿਗੁਰੂ ਜੀ ਦਾ ਥਾਪੜਾ ਲੈ ਰਹੇ ਹਾਂ, ਥਾਪੜਾ ਮਿਲ ਗਿਆ, ਅਸੀਂ ਭਗਤੀ ਦੇ ਮਾਰਗ 'ਤੇ ਤੁਰ ਪਏ, ਬਸ ਆਹ ਚੇਟਕ ਲੱਗਣ ਦੀ ਦੇਰ ਹੈ। ਆਹ ਸਤਿਗੁਰੂ ਜੀ ਕਹਿੰਦੇ ਜਨ ਨਾਨਕ ਦਾਸ ਹਰ ਕਾਂਢਿਆ, ਜਿਹਨੂੰ ਇਹ ਸ਼ਾਬਾਸ਼ੀ ਮਿਲ ਗਈ ਉਹ ਦਾਸ ਬਣ ਗਿਆ। ਸਾਹਿਬ ਜੀ ਕਹਿੰਦੇ ਹਰ ਪੈਜ ਰਖਾਏ, ਸਾਡੀ ਪੈਜ ਸਤਿਗੁਰੂ ਜੀ ਗੁਰੂ ਰਾਮਦਾਸ ਜੀ ਰੱਖਣਗੇ ਜੀ। ਜਿਨ ਮਸਤਕ ਧੁਰ ਹਰ ਲਿਖਿਆ ਤਿਨਾ ਸਤਿਗੁਰ ਮਿਲਿਆ ਰਾਮ ਰਾਜੇ, ਅਗਿਆਨ ਅੰਧੇਰਾ ਕੱਢਿਆ ਗੁਰ ਗਿਆਨ ਹਟ ਬਲਿਆ,
ਹਰ ਲੱਧਾ ਰਤਨ ਪਦਾਰਥੋ ਫਿਰ ਬਹੁੜ ਨਾ ਚਲਿਆ ਜਨ ਨਾਨਕ ਨਾਮ ਆਰਾਧਿਆ ਆਰਾਧ ਹਰ ਮਿਲਿਆ। ਬੜੇ ਸਪਸ਼ਟ ਨੇ ਜੀ ਅਰਥ, ਹੁਣ ਆਪ ਸੰਗਤਾਂ ਨੂੰ ਬਿਲਕੁਲ ਸਪਸ਼ਟ ਬਹੁਤ ਸਹਿਜ ਸੁਭਾਏ ਸਮਝ ਆ ਰਹੇ ਹੋਣਗੇ ਅਰਥ ਰੂਪ 'ਚ। ਆਸਾ ਮਹੱਲਾ ਚੌਥਾ, ਆਸਾ ਰਾਗ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਭ ਤੋਂ ਪਿਆਰਾ ਰਾਗ ਹੈ। ਤਿੰਨ ਰਾਗ ਬੜੇ ਪਿਆਰੇ ਨੇ ਗੁਰੂ ਰਾਮਦਾਸ ਗੁਰੂ ਨਾਨਕ ਸਾਹਿਬ ਜੀ ਦੇ, ਆਸਾ, ਦੂਸਰਾ ਰਾਮਕਲੀ, ਕਿਉਂਕਿ ਰਾਮਕਲੀ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਬੜੇ ਪਿਆਰੇ ਬਚਨ ਸਿੱਧਾਂ ਦੇ ਨਾਲ, ਅਤੇ ਤੀਸਰਾ ਤੁਖਾਰੀ, ਸਭ ਤੋਂ ਮਹਿੰਗੀ ਬਾਣੀ, ਅਰਬੀ ਫਾਰਸੀ ਦੇ ਸ਼ਬਦ, ਯਖ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ ਕੁੰਨ। ਤੁਖਾਰੀ ਰਾਗ ਦੇ ਵਿੱਚ ਬੜੇ ਕਮਾਲ ਦੀ ਬੜੇ ਕਮਾਲ ਦੇ ਸ਼ਬਦ ਨੇ, ਔਰ ਨਿਰੀ ਬੰਦਗੀ ਦੇ ਨੇ, ਸਤਿਗੁਰੂ ਜੀ ਦੇ ਨਾਲ ਗੱਲਾਂ ਬਾਤਾਂ ਕਿਵੇਂ ਕਰੀਆਂ, ਤੁਸੀਂ ਜੋ ਵੀ ਪੜੋਗੇ ਹੈਰਾਨ ਹੋਵੋਗੇ। ਤੁਖਾਰੀ ਉਹਦੇ ਵਿੱਚੋਂ ਜੇ ਆਸਾ ਰਾਗ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਪਿਆਰ ਨਾਲ ਆ ਵਾਰ ਉਚਾਰੀ ਹੈ, ਜਿਹਦੇ ਵਿੱਚ ਆਸਾ ਕੀ ਵਾਰ 'ਚ ਸਾਰੇ ਧਰਮ ਕਰਮ ਪਾਖੰਡ ਸਭ ਨਿਚੋੜ ਕੱਢ ਕੇ ਰੱਖਦੇ, ਜਿਹਨੂੰ ਕਿਹਾ ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾ ਵਹਿ ਜੀਆ ਘਾਏ, ਜੋਗੀ ਜੁਗਤ ਨਾ ਜਾਣੈ ਅੰਧ ਤੀਨੈ ਉਜਾੜੇ ਕਾ ਬੰਨ। ਉਹ ਜ਼ਿਕਰ ਗੁਰੂ ਸਾਹਿਬ ਨੇ ਪੂਰੀ ਆਸਾ ਕੀ ਵਾਰ ਦੱਸੀ, ਪਰ ਗੁਰੂ ਰਾਮਦਾਸ ਜੀ ਨੇ ਵੀ ਸਿਖਰ ਲਾਇਆ ਆਸਾ ਰਾਗ 'ਚ। ਕਿੰਨਾ ਪਿਆਰਾ, ਕਿੰਨਾ ਵੈਰਾਗ, ਭਿੰਨੀ ਲੋਏ ਨਾ, ਇੱਥੋਂ ਹੀ ਬਚਨ ਸ਼ੁਰੂ ਹੈ। ਇਹ ਦੇਹੁਰੀ ਭਿੰਨੀ ਪਈ ਹੈ, ਭਾਵ ਵੈਰਾਗ ਦੇ ਵਿੱਚ ਭਿੱਜੇ ਨੇ। ਸਤਿਗੁਰੂ ਜੀ ਕਹਿੰਦੇ ਆ ਜੀ, ਜਿਹਦੇ ਮਸਤਕ ਦੇ ਉੱਤੇ ਇਹ ਭਾਗ ਹੈ ਨਾ, ਜਿਨ ਮਸਤਕ ਧੁਰ ਹਰ ਲਿਖਿਆ ਤਿੰਨ ਸਤਿਗੁਰ ਮਿਲਿਆ ਰਾਮ ਰਾਜ, ਉਹਨੂੰ ਪ੍ਰਭੂ ਮਿਲ ਗਿਆ, ਮਿਲੇਗਾ, ਅਗਿਆਨ ਦਾ ਅੰਧੇਰਾ ਕੱਟਿਆ ਜਾਏਗਾ, ਗੁਰੂ ਦਾ ਗਿਆਨ ਘੱਟ ਅੰਦਰ ਬਲ ਪਏਗਾ। ਹਰ ਲੱਧਾ, ਲੱਧਾ ਕਹਿੰਦੇ ਮਿਲ ਜਾਣਾ, ਜਿਹਨੂੰ ਆਪਾਂ ਪੜ੍ਹਦੇ ਹਾਂ ਜੀ ਗੁਰਲੱਧ ਹੋ ਰੇ, ਗੁਰਲੱਧ ਹੋ ਰੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਾਬਤ, ਇਹਨੂੰ ਕਿਹਾ ਲੱਧਾ, ਲੱਭ ਜਾਣਾ। ਜਨ ਨਾਨਕ ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ, ਕਹਿੰਦੇ ਹਰ ਲੱਧਾ ਰਤਨ ਪਦਾਰਥ ਹੋ, ਜਿਹਨੂੰ ਨਾਮ ਦਾ ਪਦਾਰਥ ਲੱਧਿਆ ਮਿਲ ਗਿਆ, ਫਿਰ ਬਹੁੜ ਨਾ ਚੱਲਿਆ, ਚੱਲਿਆ ਕਹਿੰਦੇ ਚੋਰੀ ਹੋ ਜਾਣਾ, ਗੁਆਚ ਜਾਣਾ, ਖਤਮ ਹੋ ਜਾਣਾ, ਭੁੱਲ ਜਾਣਾ, ਨਾ 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 ਨਾ, ਇਹ ਨਹੀਂ ਖਤਮ ਹੋਏਗਾ। ਜਨ ਨਾਨਕ ਨਾਮ ਆਰਾਧਿਆ ਆਰਾਧ ਹਰ ਮਿਲਿਆ, ਪਰ ਇਹ ਮਿਲੇਗਾ ਕਿਵੇਂ? ਗੁਰੂ ਰਾਮਦਾਸ ਜੀ ਨੇ ਉੱਤਰ ਦਿੱਤਾ ਕਿ ਨਾਮ ਨੂੰ ਆਰਾਧੋ, ਆਰਾਧ ਆਰਾਧ ਕੇ ਇਹ ਰਤਨ ਪਦਾਰਥ ਮਿਲੇਗਾ ਜੀ। ਨਾਮ ਨਾ ਚੇਤੇ ਸੇ ਕਾਹੇ ਜਗ ਆਏ ਰਾਮ ਰਾਜੇ, ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ, ਹੁਣ ਵਤੈ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ, ਮਨੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ। ਹੁਣ ਇਹ ਪਤਾ ਲੱਗ ਗਿਆ ਇਹ ਨਾਮ ਇੰਨਾ ਆਨੰਦਮਈ, ਸਾਰੇ ਖਜ਼ਾਨੇ ਜਿਹੜਾ ਜਪ ਲੈਂਦਾ ਉਹ ਕੰਢ ਹੀ ਹੈ, ਗੁਰੂ ਦਾ ਥਾਪੜਾ ਲੈਂਦਾ, ਬਖਸ਼ਿਆ ਜਾਂਦਾ, ਭਗਤ ਵਛਲ ਹੋ ਜਾਂਦਾ, ਗੁਰੂ ਪੈਜ ਰੱਖਦਾ ਹੀ ਰੱਖਦਾ। ਫਿਰ ਜਦ ਪ੍ਰਭੂ ਪੈਜ ਰੱਖਣ ਵਾਲੇ ਨੇ, ਫਿਰ ਨਾਮ ਕਿਉਂ ਨਹੀਂ ਜਪੀਏ, ਕਿਉਂ ਫਿਰ ਵਾਂਝੇ ਰਹਿ ਜਾਈਏ? ਗੁਰੂ ਰਾਮਦਾਸ ਜੀ ਕਹਿੰਦੇ ਫਿਰ ਜਿਹੜੇ ਵਾਂਝੇ ਰਹਿ ਗਏ ਨਾ, ਇੰਨਾ ਕੁਛ ਜਾਣ ਕੇ ਵੀ, ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜ, ਫਿਰ ਦੁੱਖਾਂ ਵਾਸਤੇ ਹੀ ਆਏ ਨਾ, ਸਿਰਫ ਕਲੇਸ਼ਾਂ ਵਾਸਤੇ ਹੀ ਆਏ, ਪ੍ਰਭੂ ਨੇ ਚੇਤਾ ਕੀਤਾ। ਇਹ ਮਾਨਸ ਜਨਮ ਦੁਲੰਭ ਹੈ, ਮਾਨਸ ਜਨਮ ਦੁਲੰਭ, ਗੁਰਮੁਖ ਪਾਇਆ ਮਨ ਤਨ ਹੋਏ ਚੁਲੰਭ, ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ, ਵੱਖਰ ਸੱਚ ਲੈ ਪਤ ਪਾਏ ਦਰਬਾਰ। ਸਤਿਗੁਰ ਸ਼ਬਦ ਭੈ, ਪ੍ਰਭੂ ਦੇ ਸ਼ਬਦ ਦਾ ਭੈ ਜਿਹੜਾ ਲੈ ਕੇ ਤੁਰਦਾ ਹੈ ਨਾ ਸਤਿਗੁਰ ਜੀ ਕਹਿੰਦੇ ਆ, ਉਹਨੂੰ ਇਹ ਅਹਿਸਾਸ ਹੁੰਦਾ ਆ ਦੇਹੀ ਬੜੀ ਮਹਿੰਗੀ ਹੈ, ਆ ਸਰੀਰ ਆ ਸਵਾਸ ਇੱਕ ਇੱਕ ਕੀਮਤੀ ਹੈ, ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾਂ ਬਿਰਥਾ ਸਭ ਜਾਏ। ਨਾਮ ਦਾ ਮਤਲਬ ਆਪਣੇ ਆਪ ਦੀ ਪ੍ਰਤੀਤ ਆਉਣਾ, ਚੰਗੇ ਮਾਰਗ 'ਤੇ ਤੁਰਨਾ। ਹੁਣ ਵੱਤੇ ਹਰ ਨਾਮ ਨਾ ਬੀਜਿਓ, ਭਾਈ ਇਹ ਵੱਤਰ ਦਾ ਵੇਲਾ ਹੈ, ਬੀਜ ਲਈਏ ਨਾਮ। ਵੱਤਰ ਵੇਲਾ ਕੀ ਹੈ? ਇੱਕ ਕਿਸਾਨ ਨੇ ਬੰਜਰ ਸੁੱਕੀ ਜ਼ਮੀਨ ਸੀ, ਪਹਿਲਾਂ ਲੱਗ ਕੇ ਕਈ ਦਿਨ ਉਹਦੇ ਵੱਟੇ ਕੱਢੇ, ਵੱਟੇ ਕੱਢਣ ਤੋਂ ਬਾਅਦ ਉਹਨੂੰ ਕਈ ਵਾਰੀ ਵਾਹਿਆ, ਵਾਹਣ ਤੋਂ ਬਾਅਦ ਟਰੈਕਟਰ ਦੇ ਨਾਲ ਹਲ ਦੇ ਨਾਲ ਉਹਨੂੰ ਕਈ ਵਾਰੀ ਪਾਣੀ ਦਿੱਤਾ। ਜਦ ਉਹਨੂੰ ਇਹ ਅਹਿਸਾਸ ਹੋਇਆ ਨਾ ਕਿ ਮਿੱਟੀ ਹੁਣ ਪੂਰੀ ਐਨ ਬੀਜ ਨੂੰ ਸਮਾਉਣ ਵਾਸਤੇ ਤਿਆਰ ਹੈ, ਉਪਜਾਊ ਹੋ ਗਈ ਹੈ, ਬਸ ਉਹ ਸਮਝੋ ਸਾਡੇ ਮਨ ਦੀ ਮਿੱਟੀ ਤਿਆਰ ਹੈ, ਗੁਰੂ ਦੀ ਬਾਣੀ ਦਾ ਪਾਣੀ ਅੰਮ੍ਰਿਤ ਸਾਡੇ ਅੰਦਰ ਗਿੱਜ ਗਿਆ, ਹੁਣ ਬਸ ਨਾਮ ਬੀਜੀਏ। ਕਿਵੇਂ ਬੀਜਣਾ?
ਨੇਮ ਵਧਾਈਏ ਨਾਮ ਨਾਮ ਦਾ, ਸਵੇਰੇ ਵੀ ਨੇਮ ਵਧਾਈਏ, ਸ਼ਾਮੀ ਵੀ ਨੇਮ ਵਧਾਈਏ। ਸਤਿਗੁਰੂ ਜੀ ਕਹਿੰਦੇ ਆਹ ਵੱਤਰ ਵੇਲਾ, ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਖਿਆ ਕਾਏ। ਜੇ ਹੁਣ ਨਾ ਬੀਜਿਆ ਫਿਰ ਪਛਤਾਵਾਂਗੇ ਸਾਰੀ ਜ਼ਿੰਦਗੀ। ਮਨਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਭਾਏ। ਪ੍ਰਭੂ ਨੂੰ ਇਉਂ ਪਾਉਂਦਾ, ਜਿਨ੍ਹਾਂ ਨੇ ਬੀਜ ਲਿਆ ਉਹ ਰੱਜ ਗਏ, ਜਿਨ੍ਹਾਂ ਨੇ ਨਹੀਂ ਬੀਜਿਆ ਉਹ ਫਿਰ ਧੱਕੇ ਖਾਣਗੇ। ਇਹ ਰੱਬ ਜੀ ਦੀ ਰਜ਼ਾ ਹੈ ਜੀ। ਹਰ ਤੇਰਾ ਸਭ ਕੋ ਸਭ ਤੁਧੇ ਉਪਾਏ ਰਾਮ ਰਾਜੇ, ਕਿਛ ਹਾਥ ਕਿਸੈ ਦੈ ਕਿਛ ਨਹੀਂ, ਸਭ ਚਲੇ ਚਲਾਏ ਜਿਨ ਤੂੰ ਮਿਲੈ ਪਿਆਰੇ, ਸੇ ਤੁਧ ਮਿਲੈ ਜੋ ਹਰ ਮਨ ਪਾਏ। ਜਨ ਨਾਨਕ ਸਤਿਗੁਰ ਭੇਟਿਆ ਹਰ ਨਾਮ ਤਰਾਏ। ਪ੍ਰਭੂ ਜੀ ਤੁਸੀਂ ਵੱਡੇ ਹੋ, ਤੂੰ ਹਰ ਤੇ ਤੁਹਾਡਾ ਹੀ ਸਾਰਾ ਕੁਝ ਹੈ। ਤੇਰਾ ਸਭ ਕੋ ਸਭ ਤੁਧ ਉਪਾਏ ਰਾਮ ਰਾਜੇ, ਰਾਮ ਰਾਜੇ, ਰਾਮ ਰਾਜੇ। ਪ੍ਰਭੂ ਜੀ ਸਭ ਤੁਸੀਂ ਉਪਾਇਆ। ਆਹ ਕਿੰਨੀ ਕੁ ਸਿਫਤ ਸਲਾਹ ਹੈ ਪ੍ਰਭੂ ਦੀ, ਕਿਛ ਹਾਥ ਕਿਸੈ ਦੈ ਕਿਛ ਨਹੀਂ, ਸਭ ਚਲੈ ਚਲਾਏ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਈ। ਕਿਸੇ ਦੇ ਹੱਥ ਕੁਛ ਨਹੀਂ ਹੈ, ਸਭ ਕੋ ਤੇਰਾ ਬਸ। ਡੋਰੀ ਹਾਥ ਤੁਮਾਰੇ, ਜੀ ਜੰਤ ਤੇਰੇ ਧਾਰੇ। ਪ੍ਰਭੂ ਸਭ ਕੁਛ ਤੁਹਾਡੇ ਵੱਸ ਹੈ, ਕਿਸੇ ਦੇ ਚਲਾਏ ਕੁਝ ਨਹੀਂ ਚੱਲਦਾ। ਜਿਨ ਤੂੰ ਮੇਲੇ ਪਿਆਰੇ ਸੇ ਤੁਧ ਮਿਲੈ, ਜਿਨ ਨੰਨੇ ਨੂੰ ਹਾਹਾ ਪਿਆ ਹੋਇਆ ਪੈਰ 'ਚ ਭਰ ਕੇ ਪੜਨਾ, ਜਿਨ ਤੂੰ ਮੇਲੇ ਹੈ ਪਿਆਰੇ ਸੇ ਤੁਧ ਮਿਲੈ। ਜਿਨ੍ਹਾਂ ਨੂੰ ਤੁਸੀਂ ਮਿਲਦੇ ਹੋ ਮਿਲ ਪੈਂਦੇ, ਜੋ ਹਰ ਮਨ ਭਾਏ। ਜਿਨ੍ਹਾਂ ਦੇ ਮਨ 'ਚ ਪ੍ਰਭੂ ਭਾਇਆ, ਜਿਹੜੇ ਪ੍ਰਭੂ ਦੇ ਮਨ 'ਚ ਭਾ ਗਏ, ਜਿਨ ਨਾਨਕ ਸਤਿਗੁਰ ਭੇਟਿਆ ਹਰ ਨਾਮ ਤਰਾਏ। ਜਿਨ੍ਹਾਂ ਨੇ ਪ੍ਰਭੂ ਭੇਟ ਲਿਆ, ਦਰਸ਼ਨ ਕਰ ਲਏ, ਉਹ ਨਾਮ ਰੂਪ ਦੇ ਵਿੱਚ ਤਰ ਜਾਣਗੇ ਜੀ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਪੀਜੈ ਰਾਮ ਰਾਜੇ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿਨਾਂ ਰੋਏ ਕਿਆ ਕੀਜੈ। ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀਜੈ। ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸੁਧ ਹੈ, ਹਰ ਭਗਤ ਹਰ ਲੀਜੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਕੈਸਾ ਕਮਾਲ ਦਾ ਬਚਨ ਤੁਸੀਂ ਉਚਾਰਿਆ, ਕਮਾਲ ਕੀਤੀ। ਕੋਈ ਗਾਵੈ ਰਾਗੀ ਨਾਦੀ ਬੇਦੀ, ਨਾ ਇਹਨੂੰ ਰਾਗੀ ਪੜਦਾ, ਨਾ ਨਾਦੀ, ਨਾ ਬੇਦੀ, ਬਿੰਦੀ ਦੇ ਅਨੁਨਾਸਕ, ਜਿਵੇਂ ਭਾਈ ਸਾਹਿਬ ਜੀ ਨੇ ਬੜਾ ਸੋਹਣਾ ਉਚਾਰਨ, ਬਿਲਕੁਲ ਧਿਆਨ ਨਾਲ, ਤਾਂ ਕਿ ਸਾਨੂੰ ਵੀ ਪਤਾ ਲੱਗ ਜਾਵੇ ਉਚਾਰਨ ਕੀ ਹੈ। ਰਾਗੀ ਬਹੁਤ ਬਹੁ ਵਚਨ ਨੇ, ਰਾਗੀ ਨਾਦੀ ਬੇਦੀ, ਕਹਿੰਦੇ ਕਈ ਨੇ ਰਾਗਾਂ 'ਚ ਗਾਉਣ ਵਾਲੇ, ਕਈ ਨੇ ਨਾਦ ਪੂਰਨ ਵਾਲੇ, ਕੋਈ ਸਿੰਘ ਸੰਕ ਪੂਜਦਾ, ਕੋਈ ਸਿੰਘੀ ਪੂਜਦਾ ਜੋਗੀਆਂ ਦਾ, ਅਤੇ ਬੇਦੀ ਵੇਦਾਂ ਨੂੰ ਗਾਉਣ ਕੇ ਵੇਦਾਂ ਦੀ ਉਸਤਤ ਦੇ ਵਿੱਚ ਕਰਨ ਵਾਲੇ ਬਹੁਤ ਨੇ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਇਵੇਂ ਨਹੀਂ ਭਾਈ ਸਾਹਿਬ ਕਹਿੰਦੇ, ਭਾਈ ਗੁਰਦਾਸ ਜੀ ਨੂੰ ਪੜ੍ਹ ਕੇ ਦੇਖੋ, ਜੈਸੇ ਖਾਂਡ ਖਾਂਡ ਕਾ ਹੈ ਮੁੱਖ ਨਾ ਮਿੱਠਾ ਹੋਏ, ਗਾਉਣ ਵਾਲੇ ਤਾਂ ਬਹੁਤ ਨੇ। ਜਬ ਲਗ ਜੇਬਾ ਸਵਾਦ ਖਾਂਡ ਨੇ ਹੀ ਖਾਈ ਹੈ, ਇਸ ਤਰ੍ਹਾਂ ਨਹੀਂ। ਜੈਸੇ ਰਾਤ ਹਨੇਰੀ ਮੈਂ ਦੀਪਕ ਦੀਪਕ ਕਹੈ ਤਿਮਰ ਨਾ ਜਾਏ, ਜਬ ਲਗ ਦੀਪਕ ਨਾ ਜਲਾਈਏ। ਗਾਉਣ ਵਾਲਿਆਂ ਦੇ ਨਾਲ, ਬੇਦਣ ਵਾਲਿਆਂ ਨਾਲ, ਪੂਰਨ ਵਾਲਿਆਂ ਦੇ ਨਾਲ, ਸਤਿਗੁਰੂ ਜੀ ਕਹਿੰਦੇ ਨਾ ਆਪਣਾ ਭਲਾ ਅਤੇ ਨਾ ਉਹਨਾਂ ਦਾ ਭਲਾ, ਜਿੰਨਾ ਚਿਰ ਤੱਕ ਸ਼ਬਦ ਸਪਰਸ਼ ਹੀ ਨਹੀਂ ਕੀਤਾ ਅੰਦਰ। ਇਕੱਲਾ ਇਹ ਬਾਹਰ ਦੇ ਸਵਾਦ ਕੰਨ ਰਸ ਨਹੀਂ, ਪ੍ਰਭੂ ਨਹੀਂ ਭਜਦਾ, ਪਰ ਜਿਨ੍ਹਾਂ ਦੇ ਅੰਦਰ ਕਪਟ ਵਿਕਾਰ ਨੇ ਨਾ, ਉਹ ਭਾਵੇਂ ਗਾਈ ਜਾਣ, ਭਾਵੇਂ ਸ਼ੰਕ ਪੂਰੀ ਜਾਣ, ਭਾਵੇਂ ਟੱਲ ਖੜਕਾਈ ਜਾਣ, ਭਾਵੇਂ ਭੁੱਬਾਂ ਮਾਰ ਕੇ ਰੋਣ, ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਸਭ ਕੁਛ ਪ੍ਰਭੂ ਨੂੰ ਪਤਾ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ। ਉਹਨਾਂ ਦਾ ਵੈਰਾਗ ਵੀ ਕਾਹਦਾ, ਅੰਦਰ ਤਾਂ ਝੂਠ ਵਿਕਾਰ ਭਰਿਆ ਹੋਇਆ। ਪਰ ਸਤਿਗੁਰੂ ਜੀ ਕਹਿੰਦੇ ਆ ਸੁਣੋ, ਬੜੀ ਕੀਮਤੀ ਤੁਕ ਹੈ, ਹਰ ਕਰਤਾ ਸਭ ਕਿਛ ਜਾਣਦਾ, ਪ੍ਰਭੂ ਸਭ ਕੁਛ ਜਾਣਦੇ ਹੈ। ਸਿਰ ਰੋਗ ਹੱਥ ਦੀਜੈ, ਇਹਨੂੰ ਸਮਝੋ, ਸਾਡੇ ਮਸਤਕ 'ਤੇ ਨਾ ਸਾਡੇ ਕੀਤੇ ਹੋਏ ਵਿਕਾਰਾਂ ਦੇ ਰੋਗ ਲਿਖੇ ਪਏ ਨੇ। ਅਸੀਂ ਸਿਰ ਦੇ ਉੱਤੇ ਐਂ ਹੱਥ ਰੱਖ ਲਈਏ ਅਤੇ ਅਸੀਂ ਕਹੀਏ ਰੱਬ ਨੇ ਹੁਣ ਸਾਨੂੰ ਦੇਖਣਾ ਨਹੀਂ ਹੈ, ਅਸੀਂ ਲੁਕ ਗਏ, ਲੁਕਾ ਲਏ ਆਪਣੇ ਰੋਗ, ਅਸੀਂ ਆਪਣੇ ਪਾਪਾਂ ਨੂੰ ਲੁਕਾ ਲਿਆ। ਸਤਿਗੁਰੂ ਜੀ ਕਹਿੰਦੇ ਭਾਵੇਂ ਲੁਕਾ ਵੀ ਲਓ ਐਵੇਂ, ਸਿਰ ਰੋਗ ਹੱਥ ਦੀ ਜੇ, ਭਾਵੇਂ ਹੱਥ ਵੀ ਰੱਖ ਲਓ, ਪਰ ਕਰਤਾ ਸਭ ਕੁਛ ਜਾਣਦਾ। ਭਾਵੇਂ ਜਿੰਨੇ ਮਰਜ਼ੀ ਅਸੀਂ ਸ਼ਰੀਫ ਬਣਨ ਦੀ ਕੋਸ਼ਿਸ਼ ਕਰੀਏ, ਬਾਹਰੋਂ ਜਗਤ ਲਈ, ਸੰਸਾਰ ਲਈ, ਜੋ ਅੰਦਰੋਂ ਆ ਨਾ
ਉਹ ਗੁਰੂ ਰਾਮਦਾਸ ਜੀ ਕਹਿੰਦੇ ਪ੍ਰਭੂ ਜਾਣਦਾ ਹੈ ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ, ਜਿਨ੍ਹਾਂ ਦਾ ਅੰਦਰ ਸ਼ੁੱਧ ਹੋ ਗਿਆ। ਸਤਿਗੁਰੂ ਜੀ ਕਹਿੰਦੇ ਹਰ ਭਗਤ ਹਰ ਲੀਜੈ, ਉਹਨਾਂ ਦੀ ਭਗਤੀ ਪ੍ਰਭੂ ਨੂੰ ਪ੍ਰਾਪਤ, ਪ੍ਰਭੂ ਦੀ ਪ੍ਰਾਪਤੀ ਦਾ ਸਾਧਨ ਬਣੇਗੀ ਜੀ। ਅੰਤਰ ਹਰ ਹਰ ਪ੍ਰੀਤ ਹੈ, ਏ ਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਰੋਂ ਭੁੱਲ ਚੁੱਕ ਬੋਲ ਦੇ ਹੀ ਖਰੇ ਹਰ ਪਾਣੇ, ਹਰ ਸੰਤਾਂ ਨੂੰ ਹੋਰ ਥਾਉ ਨਾਹੀ, ਹਰ ਮਾਣ ਨਿਮਾਣੇ ਜਨ ਨਾਨਕ ਨਾਮ ਦੀਵਾਨ ਹੈ ਹਰ ਤਾਣ ਸਤਾਣੇ। ਆਸਾ ਮਹੱਲਾ ਚੌਥਾ, ਗੁਰੂ ਰਾਮਦਾਸ ਜੀ ਵਾਸੇ ਅੱਗੇ ਆਸਾ ਕੀ ਵਾਰ ਦੇ ਵਿੱਚ ਇਹ ਛੰਦ ਖੁੱਲ ਜਾਣਗੇ, ਜਿਹਦੇ ਵਿੱਚ ਅੰਦਰੋਂ ਝੂਠ ਪੈਜ ਬਾਹਰ ਦੁਨੀਆ ਅੰਦਰ ਫੈਲ, 68 ਤੀਰਥ ਜੇ ਨਾਵੇਂ ਉਤਰੈ ਨਾਹੀਂ, ਜਿਨ ਪਟ ਅੰਦਰ ਬਾਹਰ ਗੁੱਦੜ ਅਤੇ ਭਲੇ ਸੰਸਾਰ। ਆਹ ਹੈ ਜੀ ਕਿ ਜਿਨ੍ਹਾਂ ਦੇ ਅੰਦਰ ਸ਼ੁੱਧ ਹੈ ਨਾ, ਬਾਹਰ ਭਾਵੇਂ ਉਹਨਾਂ ਦਾ ਕਿਹੋ ਜਿਹਾ ਵੀ ਬਚਨ ਹੋਏ, ਉਹ ਪ੍ਰਵਾਨ ਨੇ ਸੰਸਾਰ 'ਚ। ਜਿਨ ਅੰਤਰ ਹਰ ਹਰ ਪ੍ਰੀਤ ਹੈ, ਤੇਜਨ ਸੁਗੜ ਸਿਆਣੇ ਰਾਮ ਰਾਜ, ਬਾਹਰੋਂ ਨਹੀਂ ਭਾਈ, ਇਕੱਲਾ ਬਾਹਰ ਦਾ ਦਿਖਾਵਾ ਜਾਂ ਭੇਖ ਨਹੀਂ, ਅੰਦਰ ਦੀ ਪ੍ਰੀਤ ਪ੍ਰਵਾਨ ਹੈ। ਇੱਥੇ ਧੁਰ ਦੇਖਿਆ ਜਾਣਾ, ਅੰਦਰ ਦਾ ਸੱਚ ਵੇਖਿਆ ਜਾਣਾ, ਉਹੀ ਪ੍ਰਵਾਨ ਨੇ ਜਿਨ੍ਹਾਂ ਦਾ ਅੰਦਰ ਪਵਿੱਤਰ ਹੈ, ਉਹ ਸੁਗੜ ਨੇ, ਸੁਹਿਰਦ ਨੇ, ਬਹੁਤ ਸਿਆਣੇ ਜੀ ਨੇ। ਜੇ ਬਾਹਰੋਂ ਭੁੱਲ ਚੁੱਕ ਬੋਲਦੇ, ਜੇ ਕੋਈ ਬਚਨ ਉਹਨਾਂ ਨੇ ਬਾਹਰੋਂ ਜ਼ੁਬਾਨ ਤੋਂ ਸਹਿਜ ਸੁਭਾਅ ਭੁੱਲ ਚੁੱਕ ਬੋਲ ਵੀ ਦਿੱਤਾ, ਪਰ ਸਤਿਗੁਰੂ ਜੀ ਕਹਿੰਦੇ ਅੰਦਰੋਂ ਉਹ ਕਿਸੇ ਦਾ ਬੁਰਾ ਨਹੀਂ ਮਨਾਉਂਦੇ। ਭੀ ਖਰੇ ਹਰ ਭਾਣੇ, ਪ੍ਰਭੂ ਦੇ ਦਰਬਾਰ 'ਚ ਉਹ ਖਰੇ ਹੀ ਨੇ, ਹਰ ਸੰਤਾਂ ਨੂੰ ਹੋਰ ਥਾਉ ਨਹੀਂ। ਇਹੋ ਜੇ ਸਿੱਖਾਂ ਨੂੰ ਭਗਤਾਂ ਨੂੰ ਭੀੜ ਪੈਂਦੀ ਹੈ ਨਾ, ਉਹ ਪ੍ਰਭੂ ਦੀ ਸ਼ਰਨ 'ਚ ਆਉਂਦੇ, ਉਹ ਕਿੱਥੇ ਹੋਰ ਨਹੀਂ ਭੱਜਦੇ। ਇਹਨੂੰ ਕਿਹਾ ਹਰ ਸੰਤਾਂ ਨੂੰ ਹੋਰ ਥਾਉ ਨਹੀਂ, ਹਰ ਮਾਣ ਨਿਮਾਣੇ, ਮਾਣ ਨਿਮਾਣੇ ਤੂੰ ਧਣੀ, ਪ੍ਰਭੂ ਤੂੰ ਸੰਤਾਂ ਦਾ ਪ੍ਰਵਾਸਾ ਹੈ, ਤੂੰ ਮਾਣ ਦੇਣ ਵਾਲਾ ਹੈ, ਨਿਤਾਣਿਆਂ ਨੂੰ ਤਾਣ ਦੇਣ ਵਾਲਾ ਹੈ। ਜਨ ਨਾਨਕ ਨਾਮ ਦੀਵਾਨ ਹੈ, ਉਹਨਾਂ ਦਾ ਨਾਮ ਹੀ ਦੀਵਾਨ ਹੈ, ਨਾਮ ਹੀ ਉਹਨਾਂ ਦਾ ਆਸਰਾ ਹੈ। ਹਰ ਤਾਣ ਸਤਾਣੇ, ਬਾਜੂਆਂ ਦੀ ਤਾਕਤ ਵੀ ਪ੍ਰਭੂ ਦਾ ਨਾਮ ਹੀ ਹੈ ਉਹਨਾਂ ਭਗਤਾਂ ਦੇ ਲਈ ਜੀ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰ ਸਿੱਖੀ ਸੋ ਥਾਨ ਪਾਲਿਆ, ਲੈ ਤੁਰ ਮੁਖ ਲਾਵਾ, ਗੁਰਸਿੱਖਾਂ ਕੀ ਕਾਲ ਥਾਏ ਪਈ, ਜਿਨ ਹਰ ਨਾਮ ਤੇ ਆਵਾ, ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਹਾਂਜੀ, ਆਹ ਤਾਂ ਸਭ ਨੂੰ ਚੇਤੇ ਹੈ ਜੀ। ਇਹ ਸਾਡੀ ਸਿੱਖ ਰਹਿਤ ਮਰਿਆਦਾ, ਸਿੱਖ ਪਰੰਪਰਾ ਦੇ ਵਿੱਚ ਆਹ ਛੰਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਤੋਖਣ ਵੇਲੇ, ਸੁਖਾਸਨ ਸਥਾਨ ਤੱਕ ਲਿਜਾਉਣ ਵੇਲੇ ਸਤਿਕਾਰ ਰੂਪ 'ਚ ਸਾਰੀ ਧਰਤੀ 'ਤੇ ਜਿੱਥੇ ਵੀ ਗੁਰਦੁਆਰਾ ਸਾਹਿਬ ਹੈ ਉੱਥੇ ਗਾਵਿਆ ਜਾਂਦਾ। ਇਹਦੇ ਉਚਾਰਨ ਦੀ ਬੜੀ ਗਲਤੀਆਂ ਨੇ ਆਮ ਕਰਕੇ, ਅਸੀਂ ਥਾਨ ਨਹੀਂ ਪੜ੍ਹਦੇ, ਜਨ ਨਾਨਕ ਪੜ੍ਹ ਦਿੰਦੇ ਹਾਂ ਜਿਨ ਨਾਨਕ ਦੀ ਜਗ੍ਹਾ। ਕਈ ਧਿਆਨ ਨਾਲ ਇਹਨੂੰ ਜੀ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਇਹ ਹੈ ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਹੈ, ਸੇ ਜੰਤ ਪਏ ਹਰਿਆਵਲੀ, ਜਿਹਨੇ ਮੇਰਾ ਸਤਿਗੁਰ ਦੇਖਿਆ ਜਾਏ। ਸਭ ਕੁਛ ਧੰਨ ਹੈ ਜਿੱਥੇ ਸਤਿਗੁਰੂ ਜੀ ਦੇ ਚਰਨ ਪੈ ਗਏ, ਅਤੇ ਸਤਿਗੁਰੂ ਜੀ ਦਾ ਜਿੱਥੇ ਥਾਂ ਹੈ ਇਹ ਵੀ ਥਾਨ ਹੈ, ਇਹ ਵੀ ਥਾਂ ਪਵਿੱਤਰ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਉਹ ਥਾਂ ਪਵਿੱਤਰ ਹੈ। ਗੁਰਸਿੱਖੀ ਸੋ ਥਾਨ, ਥਾਂ ਨਹੀਂ ਪੜ੍ਹਨਾ ਇਹਨੂੰ ਪੂਰਾ, ਗੁਰਸਿੱਖੀ ਸੋ ਥਾਨ ਭਾਲਿਆ, ਜਿੱਥੇ ਗੁਰੂ ਦੇ ਚਰਨ ਪਏ ਨੇ। ਗੁਰੂ ਰਾਮਦਾਸ ਜੀ ਨੇ ਕਿਹਾ ਗੁਰਸਿੱਖਾਂ ਨੇ ਉਹ ਥਾਂ ਭਾਲ ਹੀ ਲੈਣਾ, ਭਾਵੇਂ ਸਿਰ ਦੇ ਕੇ ਭਾਲਣ, ਭਾਵੇਂ ਪੁੱਠੀਆਂ ਖੱਲਾਂ ਲਵਾ ਕੇ ਭਾਲਣ, ਅਤੇ ਭਾਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਪੁੱਤਰ ਸ਼ਹਾਦਤ ਪਾ ਗਏ। ਇਸ ਤਰ੍ਹਾਂ ਸਿੱਖ ਆਪਣੇ ਭਾਈ ਸੁਪੇਕ ਸਿੰਘ ਵਰਗੇ ਸਿੱਖਾਂ, ਪਿਤਾ ਨੇ ਆਪਣੇ ਪੁੱਤਰ ਦੀ ਸ਼ਹਾਦਤ ਦਿੱਤੀ ਹੈ ਗੁਰੂ ਥਾਵਾਂ ਦੇ ਲਈ। ਸੋ ਸਤਿਗੁਰੂ ਜੀ ਕਹਿੰਦੇ ਆ ਜਿਨ੍ਹਾਂ ਨੇ ਭਾਲਣਾ ਹੈ ਉਹਨਾਂ ਨੇ ਭਾਲ ਲੈਣਾ, ਗੁਰੂ ਦੀ ਥਾਂ ਕਦੀ ਵੀ ਲੁਕੀ ਨਹੀਂ ਰਹੀ ਗਈ, ਜਿੱਥੇ ਗੁਰੂ ਦੇ ਚਰਨ ਪਏ ਨੇ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ, ਉਹਨਾਂ ਨੇ ਆਪਣੇ ਮਸਤਕ 'ਤੇ ਧੂੜ ਲਾਈ ਗੁਰੂ ਦੇ ਥਾਂ ਦੀ। ਗੁਰਸਿੱਖਾਂ ਕੀ ਕਾਲ ਥਾਏ ਪਈ, ਜਿਨ ਹਰ ਨਾਮ ਧਿਆਵਾ, ਧਿਆਵਾਂ ਨਹੀਂ ਪੜ੍ਹਨਾ, ਧਿਆਵਾ, ਜਿਸ ਤਰ੍ਹਾਂ ਭਾਈ ਸਾਹਿਬ ਜੀ ਦਾ ਉਚਾਰਨ ਰਿਹਾ।
ਕਿ ਜਿਨ੍ਹਾਂ ਗੁਰਸਿੱਖਾਂ ਨੇ ਇਹ ਥਾਂ ਨੂੰ ਭਾਲਿਆ ਅਤੇ ਭਾਲ ਕੇ ਉਸ ਥਾਂ 'ਤੇ ਗੁਰੂ ਗੁਰੂ ਜਪਿਆ, ਉਹਨਾਂ ਦੀ ਕਾਲ ਥਾਂ ਪੈ ਗਈ। ਜਿਨ੍ਹਾਂ ਨੇ ਨਾਮ ਜਪ ਲਿਆ, ਰੱਬ ਰੱਬ ਕਰ ਲਿਆ, ਜਿਨ ਨਾਨਕ, ਇਹਨੂੰ ਆਪਾਂ ਜਨ ਨਾਨਕ ਪੜ੍ਹਦੇ ਹਾਂ, ਕਈ ਵਾਰੀ ਮੈਂ ਸੁਣਿਆ ਇਹਨੂੰ ਜਿਨ ਨਾਨਕ, ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ। ਜਿਨ੍ਹਾਂ ਨੇ ਪ੍ਰਭੂ ਨੂੰ ਸ਼ਰਧਾ ਭਾਵਨਾ ਪ੍ਰੇਮ ਨਾਲ ਪੂਜਿਆ, ਸਿਫਤ ਸਲਾਹ ਕੀਤੀ ਹੈ, ਗੁਰੂ ਨੇ ਸਾਰੀ ਸ੍ਰਿਸ਼ਟੀ ਉਸ ਸਿੱਖ ਦੀ ਪੂਜਾ ਵਾਸਤੇ ਲਾਤੀ। ਸੁਣੋ ਜੀ ਕਮਾਲ ਦੀ ਗੱਲ, ਜਿਨ੍ਹਾਂ ਨੇ ਰੱਬ ਨੂੰ ਪੂਜਿਆ ਦੁਨੀਆ ਉਹਦੀ ਸਿਫਤ ਸਲਾਹ ਭਾਵ ਦੁਨੀਆ ਉਹਦੀ ਇੱਜ਼ਤ ਸਤਿਕਾਰ ਕਰਦੀ ਹੈ ਜੀ। ਗੁਰਸਿੱਖਾਂ ਮਨ ਹਰ ਪ੍ਰੀਤ ਹੈ, ਹਰ ਨਾਮ ਹਰ ਤੇਰੀ ਰਾਮ ਰਾਜੇ, ਕਰ ਸੇਵੈ ਪੂਰਾ ਸਤਿਗੁਰੂ ਉਖ ਗਾਏ ਲੈ ਮੇਰੀ, ਗੁਰਸਿੱਖਾਂ ਕੀ ਭੁੱਖ ਸਭ ਗਈ ਤਿੰਨ ਪਿੱਛੇ ਹੋਰ ਖਾਏ ਕਨੇਰੀ, ਜਨ ਨਾਨਕ ਹਰ ਪੁੰਨ ਬੀਜਿਆ ਫਿਰ ਖੋਟ ਨਾ ਆਵੇ ਹਰ ਪੁੰਨ ਕੇਰੀ। ਅਗਲਾ ਸ਼ੰਤ ਹੈ ਜੀ ਗੁਰਸਿੱਖਾਂ ਦੇ ਬਾਬਤ ਹੀ, ਕਿ ਗੁਰਸਿੱਖਾਂ ਨੇ ਉਹ ਥਾਂ ਭਾਲਿਆ, ਗੁਰਸਿੱਖਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਪ੍ਰਭੂ ਨੂੰ ਭਾਵਨਾ ਨਾਲ ਪੂਜਿਆ, ਸਾਰੀ ਸ੍ਰਿਸ਼ਟੀ ਦੇ ਵਿੱਚ ਉਹਨਾਂ ਦਾ ਸਤਿਕਾਰ ਬਣਿਆ। ਗੁਰਸਿੱਖਾਂ ਮਨ ਹਰ ਪ੍ਰੀਤ ਹੈ, ਉਹਨਾਂ ਦੇ ਮਨ 'ਚ ਪ੍ਰੀਤ ਬਣੀ। ਹਰ ਨਾਮ ਹਰ ਤੇਰੀ, ਪ੍ਰਭੂ ਜੀ ਤੁਹਾਡੇ ਨਾਮ ਦੀ, ਤੁਹਾਡੇ ਪਿਆਰ ਦੀ, ਰਾਮ ਰਾਜੇ, ਕਰ ਸੇਵੈ ਪੂਰਾ ਸਤਿਗੁਰੂ, ਕਰ ਪੂਰਾ ਸੇਵੈ ਕਰ ਪੂਰਾ, ਇਹਦਾ ਅਰਥ ਇਹ ਹੈ ਉਹਨਾਂ ਨੇ ਪ੍ਰਭੂ ਦੀ ਬੰਦਗੀ ਸਤਿਗੁਰੂ ਨੂੰ ਪੂਰਾ ਜਾਣ ਕੇ ਕੀਤੀ ਹੈ, ਨਾ ਅੱਧਾ ਨਾ ਘੱਟ, ਪੂਰਾ ਕਰਕੇ, ਕਿ ਸਤਿਗੁਰੂ ਜੀ ਤੁਸੀਂ ਹੀ ਪੂਰੇ ਹੋ। ਜਿਨ੍ਹਾਂ ਨੇ ਪੂਰਾ ਕਰਕੇ ਸਤਿਗੁਰੂ ਜੀ ਦੀ ਬੰਦਗੀ ਸੇਵਾ ਕੀਤੀ ਹੈ, ਉਹਨਾਂ ਦੀ ਭੁੱਖ ਲੱਥ ਗਈ, ਭੁੱਖ ਜਾਏ ਲਹਿ ਮੇਰੀ, ਉਹਨਾਂ ਦੀ ਸਾਰੀ ਭੁੱਖ ਲੱਥ ਜਾਂਦੀ ਹੈ। ਗੁਰਸਿੱਖਾਂ ਕੀ ਭੁੱਖ ਸਭ ਗਈ ਤਿੰਨ ਪਿੱਛੇ ਹੋਰ ਖਾਏ ਕਨੇਰੀ, ਗੁਰਸਿੱਖਾਂ ਨੇ ਜਪ ਜਪ ਕੇ ਆਪਣੀ ਤ੍ਰਿਸ਼ਨਾ ਦੀ ਭੁੱਖ ਗਵਾਲੀ, ਉਹਨਾਂ ਦੇ ਨਾਲ ਕਈਆਂ ਦਾ ਪਾਰ ਉਤਾਰਾ ਹੋ ਗਿਆ, ਕਈਆਂ ਨੇ ਨਾਮ ਦਾ ਧਨ ਉਹਨਾਂ ਪਾਸ ਬੈਠ ਕੇ ਪ੍ਰਭੂ ਨੂੰ ਚੇਤੇ ਕਰ ਲਿਆ। ਸਤਿਗੁਰੂ ਜੀ ਕਹਿੰਦੇ ਜਨ ਨਾਨਕ ਹਰ ਪੁੰਨ ਬੀਜਿਆ, ਭਾਈ ਆਹ ਵੱਤਰ ਵੇਲਾ ਹੈ, ਹੁਣ ਜੇ ਨਹੀਂ ਵਤਿਆ ਤਾਂ ਫਿਰ ਅੱਗੇ ਭੁੱਖੇ ਰਹਿ ਜਾਂਗੇ। ਜਿਨ੍ਹਾਂ ਨੇ ਪੁੰਨ ਬੀਜ ਲਿਆ ਨਾਮ ਦਾ, ਜਨ ਨਾਨਕ ਹਰ ਪੁੰਨ ਬੀਜਿਆ ਫਿਰ ਤੋਟ ਨਾ ਆਵੇ ਹਰ ਪੁੰਨ ਕੇਰੀ, ਉਹ ਪੁੰਨ ਦੇ ਮੁਜੱਸਮੇ ਬਣ ਗਏ, ਉਹਨਾਂ ਦੇ ਅੰਦਰ ਪਾਪ ਨਹੀਂ ਹੈ, ਉਹਨਾਂ ਦੀ ਪੁੰਨ ਦੀ, ਉਹਨਾਂ ਦੀ ਸੇਵਾ ਦੀ ਭਾਵਨਾ ਕਦੀ ਖਤਮ ਨਹੀਂ ਹੋਏਗੀ ਜੀ। ਗੁਰਸਿੱਖਾਂ ਮਨ ਵਤਾਈਆਂ, ਜਿਨ ਮੇਰਾ ਸਤਿਗੁਰੂ ਜਿੱਠਾ ਰਾਮ ਰਾਜੇ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਗੁਰਸਿੱਖਾਂ ਮਨ ਮਿੱਠਾ, ਹਰ ਦਰ ਗਏ ਗੁਰਸਿੱਖ ਪਹਿਲਾਈ ਰਹੇ, ਜਿਨ੍ਹਾਂ ਮੇਰਾ ਸਤਿਗੁਰ ਤੁਠਾ, ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ। ਕਮਾਲ ਕੀਤੀ ਗੁਰੂ ਰਾਮਦਾਸ ਜੀ ਦੀ ਬਾਣੀ, ਇਸ ਰੂਪ 'ਚ ਪੜ੍ਹਨ ਦਾ ਸੁਭਾਗ ਮਿਲਿਆ, ਵਿਚਾਰਨ ਦਾ ਸੁਭਾਗ ਮਿਲਿਆ। ਸ਼ੁਕਰ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ। ਗੁਰਸਿੱਖਾਂ ਮਨ ਵਧਾਈਆਂ, ਤੁਹਾਨੂੰ ਸਾਰਿਆਂ ਨੂੰ ਵਧਾਈਆਂ ਜੀ, ਵਧਾਈਆਂ। ਗੁਰੂ ਰਾਮਦਾਸ ਜੀ ਕਹਿੰਦੇ ਤੁਹਾਨੂੰ ਵਧਾਈਆਂ, ਤੁਹਾਡੇ ਮਨ ਕਰਕੇ ਵਧਾਈਆਂ, ਤੁਹਾਡੇ ਜੀਵਨ ਕਰਕੇ ਵਧਾਈਆਂ, ਤੁਹਾਨੂੰ ਸ਼ਾਬਾਸ਼। ਗੁਰੂ ਰਾਮਦਾਸ ਜੀ ਅਰਸ਼ਾਂ ਦਾ ਮੀਂਹ ਕਰ ਰਹੇ ਤੁਹਾਡੇ ਸਾਰਿਆਂ ਦੇ ਉੱਤੇ। ਗੁਰਸਿੱਖਾਂ ਮਨ ਵਧਾਈਆਂ, ਜਿਨ ਮੇਰਾ ਸਤਿਗੁਰੂ ਡਿੱਠਾ ਰਾਮ ਰਾਜੇ। ਭਾਵੇਂ ਡਿੱਠਾ ਜਾਂ ਨਹੀਂ ਡਿੱਠਾ, ਉਹ ਗੁਰੂ ਰਾਮਦਾਸ ਜੀ ਜਾਣਦੇ, ਪਰ ਯਤਨ ਤਾਂ ਕਰ ਰਹੇ ਨਾ, ਤੁਰਤੇ ਪਏ ਹਾਂ ਮਾਰਗ ਦੇ ਉੱਤੇ, ਇਸ ਮਾਰਗ ਦੇ ਪਾਂਧੀ 'ਤੇ ਬਣ ਗਏ ਹਾਂ। ਦੇਰ ਸਵੇਰ ਸਤਿਗੁਰੂ ਜੀ ਕਿਰਪਾ ਕਰਨਗੇ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੈ ਗੁਰਸਿੱਖ ਮਨ ਮਿੱਠਾ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀ ਕੋਈ ਦੱਸੇ ਮੈਨੂੰ। ਕੋਈ ਕਰ ਗੱਲ ਸੁਣਾਵੇ ਹਰ, ਕੋਈ ਨਾਮ ਦੀ ਗੱਲ ਸੁਣਾਵੇ, ਗੁਰਸਿੱਖਾਂ ਨੂੰ ਬੜਾ ਚੰਗਾ ਲੱਗਦਾ ਹੈ ਜੀ। ਹਰ ਦਰਗਹਿ ਗੁਰਸਿੱਖ ਪੈ ਨਾ ਆਈਆ ਹੈ, ਤੁਹਾਨੂੰ ਗੁਰਸਿੱਖਾਂ ਨੂੰ ਗੁਰੂ ਰਾਮਦਾਸ ਜੀ ਕਹਿੰਦੇ ਦਰਗਾਹ ਦੇ ਵਿੱਚ ਸਰੋਪਾ ਮਿਲਣਾ, ਸਿਫਤ ਸਲਾਹ ਦਾ ਸ਼ਾਬਾਸ਼ੀ ਮਿਲਣੀ ਹੈ, ਪੈ ਨਾ ਆਈਆ। ਜਿਨ੍ਹਾਂ ਮੇਰਾ ਸਤਿਗੁਰ ਤੁੱਠਾ, ਜਿਤੇ ਸਤਿਗੁਰ ਜੀ ਕਿਰਪਾ ਕਰਨ, ਜਨ ਨਾਨਕ ਹਰ ਹਰ ਹੋਇਆ, ਜਿਹੜਾ ਜਪੇਗਾ ਉਹ ਗੁਰਸਿੱਖ ਤੋਂ ਗੁਰੂ ਦਾ ਰੂਪ ਹੋ ਜਾਏਗਾ, ਹਰ ਦਾ ਰੂਪ ਹੋ ਜਾਏਗਾ, ਹਰ ਹਰ ਹੋਇਆ, ਕੋਈ ਭੇਤ ਨਹੀਂ ਰਿਹਾ, ਹਰ ਹਰ ਮਨ ਵੁੱਠਾ, ਵੁੱਠਾ ਕਹਿੰਦੇ ਵੱਸ ਜਾਣਾ, ਜਿਨ੍ਹਾਂ ਦੇ ਮਨ ਦੇ ਵਿੱਚ ਹਰ ਪ੍ਰਭੂ ਵਸਿਆ ਹੈ ਜੀ।
ਜਿਨ੍ਹਾਂ ਪਿਟਿਆ ਮੇਰਾ ਪੂਰਾ ਸਤਿਗੁਰੂ ਤਿਨ ਹਰ ਨਾਮ ਦਿੜਾਵੇ ਰਾਮ ਰਾਜੇ ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੈ ਜੋ ਹਰ ਨਾਮ ਤੇ ਆਵੈ ਜੋ ਹਰ ਹਰ ਨਾਮ ਤੇ ਆਇਂਦੇ ਤਿਨ ਜਮ ਨੇੜ ਨਾ ਆਵੈ ਜਨ ਨਾਨਕ ਕਉ ਹਰ ਕਿਰਪਾ ਕਰ ਨਿਤ ਜਪੈ ਹਰ ਨਾਮ ਹਰ ਨਾਮ ਧਰਾਵੈ ਆਸਾ ਮਹੱਲਾ ਚੌਥਾ ਜੀ ਇਹ ਆਖਰੀ ਛੰਦ ਹੈ ਜੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਭੇਟਿਆ ਨੰਨੇ ਤੇ ਪੈਰ 'ਚ ਹਾਹਾ ਹੈ ਥੋੜ੍ਹਾ ਭਰ ਕੇ ਪੜ੍ਹੀਏ ਜਿਨ੍ਹਾਂ ਪੜ ਜਾਣਾ ਕੋਈ ਗੱਲ ਨਹੀਂ ਚਲੋ ਪਰ ਲਿਖਿਆ ਹੈ ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਪ੍ਰਾਪਤੀ ਦੇ ਯਤਨ ਕੀਤੇ ਦਰਸ਼ਨ ਕੀਤੇ ਅੰਦਰੋਂ ਗਿਆਨ ਦਰਸ਼ਨ ਰੂਪ ਦੇ ਵਿੱਚ ਪ੍ਰਭੂ ਦੀ ਪ੍ਰਾਪਤੀ ਕੀਤੀ ਗੁਣਾਂ ਨੂੰ ਵਸਾਇਆ ਤਿੰਨ ਹਰ ਨਾਮ ਦ੍ਰਿੜਾਵੈ ਰਾਮ ਰਾਜੇ ਪ੍ਰਭੂ ਨੇ ਉਹਨਾਂ ਨੂੰ ਨਾਮ ਦ੍ਰਿੜਾ ਦਿੱਤਾ ਦ੍ਰਿੜ ਲਿਆ ਉਹਨਾਂ ਨੇ ਨਾਮ ਤਿੰਨ ਕੀ ਤ੍ਰਿਸ਼ਨਾ ਭੁੱਖ ਸਭ ਉਤਰੈ ਜੋ ਹਰ ਨਾਮ ਧਿਆਵੈ ਉਤਰ ਜਾਂਦੀ ਹੈ ਜੀ ਦੇਖੇ ਹੈ ਐਸੇ ਗੁਰਸਿੱਖਾਂ ਦੇ ਕੀਤੇ ਦਰਸ਼ਨ ਜੋ ਹਰ ਹਰ ਨਾਮ ਧਿਆਇਂਦੇ ਤਿੰਨ ਜਮ ਨੇੜ ਨਾ ਆਵੈ ਬਚ ਗਏ ਜੀ ਜਮਾਂ ਦੀ ਮਾਰ ਤੋਂ ਵੀ ਜਨ ਨਾਨਕ ਕਉ ਹਰ ਕਿਰਪਾ ਨਹੀਂ ਜੀ ਕਿਰਪਾ ਕਰ ਜਿਵੇਂ ਭਾਈ ਸਾਹਿਬ ਜੀ ਪੜ੍ਹ ਕੇ ਗਏ ਉਚਾਰਨ ਕੀਤਾ ਜਿਵੇਂ ਸਤਿਗੁਰੂ ਜੀ ਕਹਿੰਦੇ ਆ ਪ੍ਰਭੂ ਦੀ ਕਿਰਪਾ ਹੋਈ ਜਿਸ 'ਤੇ ਤਰਸ ਹੋਇਆ ਕਹਿੰਦੇ ਉਹ ਅੱਜ ਜਾਂ ਕੱਲ੍ਹ ਭਲਕੇ ਨਹੀਂ ਨਿਤ ਹੀ ਸਵਾਸ ਸਵਾਸ ਹੀ ਹਰ ਇੱਕ ਮੋਮੈਂਟ ਹਰ ਇੱਕ ਸਟਲ ਸੈਕਿੰਡ ਉਹ ਪ੍ਰਭੂ ਨੂੰ ਅੱਖ ਦੇ ਫੋਰ ਜਿੰਨਾ ਚੇਤਾ ਕਰਦਾ ਹੈ ਜਨ ਨਾਨਕ ਕਉ ਹਰ ਕਿਰਪਾ ਕਰ ਨਿਤ ਜਪੈ ਹਰ ਨਾਮ ਤਰਾਵੈ ਨਾਮ ਜਪਦਾ ਵੀ ਹੈ ਅਤੇ ਹਰੀ ਦੇ ਨਾਮ ਜਪ ਜਪ ਕੇ ਉਹ ਤਰ ਜਾਂਦਾ ਹੈ ਜੇ ਗੁਰਮੁਖ ਨਾਮ ਤੇ ਆਇਆ ਤਿਨਾ ਫਿਰ ਵਿਧਨ ਨਾ ਹੋਈ ਰਾਮ ਰਾਜੇ ਜਿਨੀ ਸਤਿਗੁਰ ਪੁਰਖ ਬਣਾਇਆ ਤਿਨ ਪੂਜੇ ਸਭ ਕੋਈ ਜਿਨੀ ਸਤਿਗੁਰ ਪਿਆਰਾ ਸੇਵਿਆ ਤਿਨਾ ਸੁਖ ਸਦ ਹੋਈ ਜਿਨਾ ਨਾਨਕ ਸਤਿਗੁਰ ਭੇਟਿਆ ਤਿਨਾ ਮਿਲਿਆ ਹਰ ਸੋਈ ਜਿਨੀ ਸਤਿਗੁਰ ਨਾਮ ਤੇ ਆਇਆ ਜਿਨੀ ਗੁਰਮੁਖ ਨਾਮ ਤੇ ਆਇਆ ਵਾਹਿਗੁਰੂ ਜਿਨ੍ਹਾਂ ਗੁਰਸਿੱਖਾਂ ਨੇ ਪਿਆਰਿਆਂ ਨੇ ਨਾਮ ਨੂੰ ਧਿਆਇਆ ਤਿਨਾਂ ਫਿਰ ਵਿਘਨ ਨਾ ਹੋਈ ਰਾਮ ਰਾਜੇ ਉਹਨਾਂ ਦਾ ਕਾਰਜ ਸਫਲ ਹੈ ਜੀ ਅਸੀਂ ਘਬਰਾਈਏ ਨਾ ਅਸੀਂ ਕਹਿੰਦੇ ਹਾਂ ਜੀ ਜਪਦੇ ਰਹੇ ਹਾਂ ਅਸੀਂ ਦੁੱਖ ਨਹੀਂ ਕੱਟ ਰਹੇ ਵਿਘਨ ਨਹੀਂ ਖਤਮ ਹੋ ਰਹੇ ਪਰ ਸਤਿਗੁਰੂ ਜੀ ਕਿਰਪਾ ਕਰਦੇ ਵਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਸਤਿਗੁਰੂ ਜੀ ਦਾ ਇਹ ਨਾਮ ਕਿਉਂ ਹੈ ਵਿਘਨ ਹਜੇ ਪੂਰਬਲੇ ਕਰਮ ਸੜ ਰਹੇ ਨੇ ਇਹ ਨਾਮ ਜਪਣ ਦੇ ਨਾਲ ਸਬਰ ਰੱਖਣਾ ਬੜਾ ਜ਼ਰੂਰੀ ਹੈ ਸਬਰ ਇੱਕ ਪੇਸ਼ੈਂਸ ਬੜੀ ਜ਼ਰੂਰੀ ਹੈ ਇੰਨੇ ਕੁ ਚਿੱਥੇ ਨਾ ਪਈਏ ਕਿ ਹਜੇ ਥੋੜ੍ਹਾ ਕੁ ਚਿਰ ਜਪਣਾ ਸ਼ੁਰੂ ਕੀਤਾ ਕਿ ਹੁਣੇ ਹੀ ਵਿਘਨ ਪੈ ਰਹੇ ਭਲੇ ਉਹ ਹਜੇ ਸਮਾਂ ਜਿਹੜੇ ਕਿ ਅਸੀਂ ਪਾਪਾਂ ਦੇ ਪਹਾੜ ਖੜ੍ਹੇ ਕੀਤੇ ਆਪਣੇ ਕਰਮ ਕੀ ਗੱਤ ਮੈਂ ਕਿਹਾ ਜਾਣੂ ਕੀ ਪਤਾ ਕੀ ਕੁਛ ਮਾੜਾ ਹੈ ਇਸ ਜਨਮ 'ਚ ਭਾਵੇਂ ਚੰਗਾ ਹੀ ਚੰਗਾ ਕੀਤਾ ਪਰ ਪੁਰਬਲੇ ਦਾ ਕਿਹਨੂੰ ਹਿਸਾਬ ਹੈ ਉਹ ਤਾਂ ਪ੍ਰਭੂ ਜਾਣਦੇ ਗੁਰੂ ਰਾਮਦਾਸ ਜੀ ਕਹਿੰਦੇ ਭਾਈ ਸਬਰ ਸਬਰ ਨਾਲ ਕਿਰਪਾ ਇੱਕ ਜਪਦੇ ਜਦ ਪੂਰਬਲੇ ਕਰਮ ਸੜ ਜਾਣਗੇ ਸੰਚਿਤ ਕਰਮਾਂ ਦਾ ਨਾਸ਼ ਹੋ ਜਾਏਗਾ ਸਤਿਗੁਰੂ ਜੀ ਕਹਿੰਦੇ ਉਸ ਤੋਂ ਬਾਅਦ ਫਿਰ ਕੋਈ ਵਿਘਨ ਨਹੀਂ ਇਸ ਕਰਕੇ ਜਪਣਾ ਨਾ ਛੱਡੀਏ ਚਿੱਥੇ ਨਾ ਪਈਏ ਇਹ ਨਹੀਂ ਕਿ ਗੁਰੂ ਸਾਹਿਬ ਨੂੰ ਉਲਾਂਭਾ ਦੇਣਾ ਸ਼ੁਰੂ ਕਰ ਦਈਏ ਨਾ ਭਾਈ ਜਪੀਏ ਹਜੇ ਪੂਰਬਲੇ ਕਰਮ ਸੜ ਰਹੇ ਨੇ ਇਹਨੂੰ ਕਿਹਾ ਏਤੇ ਕੂਕਰ ਹੋਂ ਬੈ ਗਾਨਾ ਭੌਂਕਾਂ ਇਸਤਨਤਾਈ ਹਜੇ ਮੈਂ ਭੌਂਕ ਰਿਹਾ ਹਜੇ ਮੈਂ ਸਿਫਤ ਸਲਾਹ ਕਰ ਰਿਹਾ ਹਜੇ ਮੇਰੇ ਵਿਘਨ ਦੂਰ ਹੋਣ ਦੀ ਆਸ ਮੈਨੂੰ ਦੂਰ ਭਾਸਦੀ ਹੈ ਕਿਉਂ ਹਜੇ ਤਾਂ ਮੈਂ ਆਪਣੇ ਵਿਕਾਰਾਂ ਨੂੰ ਰੋਕਣ ਵਾਸਤੇ ਭੋਕ ਰਿਹਾ ਕਿ ਮੈਂ ਤੇਰਾ ਨਾਂ ਤਾਂ ਜਪ ਰਿਹਾ ਪਹਿਲਾਂ ਇਹ ਵਿਕਾਰ ਤਾਂ ਠੰਡੇ ਹੋਣ ਆ ਇਹਨਾਂ ਤੋਂ ਤਾਂ ਖੈੜਾ ਛੁੱਟੇ ਪਾਪਾਂ ਤੋਂ ਸਤਿਗੁਰੂ ਜੀ ਕਹਿੰਦੇ ਜਿਹੜੇ ਜਪਦੇ ਨੇ ਜਪਦੇ ਵਿਘਨ ਨਾਸ ਹੋਣਗੇ ਸਤਿਗੁਰੂ ਜੀ ਕਿਰਪਾ ਕਰਨਗੇ ਉਹਨਾਂ ਨੂੰ ਸੁੱਖ ਹੀ ਸੁੱਖ ਮਿਲੇਗਾ ਇਹਨੂੰ ਕਿਹਾ ਸਤਿਗੁਰੂ ਜੀ ਕਹਿੰਦੇ ਜਿਨੀ ਸਤਿਗੁਰ ਪੁਰਖ ਮਨਾਇਆ ਜਪਦੇ ਜਿਨ੍ਹਾਂ ਨੇ ਮਨਾ ਲਿਆ ਤਿੰਨ ਪੂਜੇ ਸਭ ਕੋਈ ਸਾਰੀ ਸ੍ਰਿਸ਼ਟ ਉਹਨਾਂ ਦੀ ਇੱਜ਼ਤ ਕਰੇਗੀ ਉਹਨਾਂ ਦੀ ਨਿੰਦਾ ਕੋਈ ਨਹੀਂ ਕਰੇਗਾ ਫਿਰ ਨਿੰਦਣ ਜੋਗੇ ਫਿਰ ਉਹ ਰਹਿਣਗੇ ਹੀ ਨਹੀਂ ਕੀ ਕੁਛ ਹੋਏਗਾ ਉਹਨਾਂ ਕੋਈ ਮਾੜਾ ਨਹੀਂ ਹੋਏਗਾ ਜਿਨੀ ਸਤਿਗੁਰ ਪਿਆਰਾ ਸੇਵਿਆ ਤਿਨਾਂ ਸੁੱਖ ਸਦ ਹੋਈ ਸਦ ਹੀ ਸੁੱਖ ਹੈ ਜਿਨ੍ਹਾਂ ਨਾਨਕ ਸਤਿਗੁਰ ਭੇਟਿਆ ਲਫ਼ਜ਼ ਹੁਣ ਇੱਥੇ 6ਵੀਂ 7ਵੀਂ ਵਾਰ ਆ ਚੁੱਕਾ ਦਰਸ਼ਨ ਕੀਤੇ ਅੰਦਰੋਂ ਪਿਆਰ ਪਾਇਆ ਤਿਨਾਂ ਮਿਲਿਆ ਹਰ ਸੋਈ ਉਹਨਾਂ ਨੂੰ ਪ੍ਰਭੂ ਨਾਲ ਪਰ ਇੱਥੇ ਸਤਿਗੁਰ ਭੇਟਿਆ ਆਇਆ ਵਾਰ ਵਾਰ
ਸਤਿਗੁਰ ਭੇਟਿਆ, ਭਾਵ ਗੁਰੂ ਦੇ ਨਾਲ, ਸੱਚੇ ਗੁਰੂ ਦੇ ਨਾਲ ਸ਼ਬਦ ਦੇ ਦਰਸ਼ਨ ਕੀਤੇ, ਉਹਨਾਂ ਨੂੰ ਪ੍ਰਭੂ ਦੀ ਪ੍ਰਾਪਤੀ ਹੋਈ ਜੀ। ਅੰਤਰ ਗੁਰਮੁਖ ਪ੍ਰੀਤ ਹੈ, ਹਰ ਰੱਖਣ ਹਾਰਾ ਰਾਮ ਰਾਰੇ, ਤਿਨ ਕੀ ਨਿੰਦਾ ਕੋਈ ਕਿਆ ਕਰੇ, ਜਿਨ ਹਰ ਨਾਮ ਪਿਆਰਾ, ਜਿਨ ਹਰ ਸੇਤੀ ਮਨ ਮਾਨਿਆ, ਸਭ ਦੁਸ਼ਟ ਚਖ ਮਾਰਾ, ਜਨ ਨਾਨਕ ਨਾਮ ਤੇ ਆਇਆ, ਹਰ ਰੱਖਣ ਹਾਰਾ। ਜਿਨ੍ਹਾਂ ਅੰਤਰ ਗੁਰਮੁਖ ਪ੍ਰੀਤ ਹੈ, ਜਿਹਦੇ ਅੰਦਰ ਗੁਰੂ ਦੇ ਸਨਮੁਖ ਬੈਠ ਕੇ ਪਿਆਰ ਪੈਦਾ ਹੋ ਗਿਆ, ਤਿੰਨ ਹਰ ਰੱਖਣ ਹਾਰਾ ਰਾਮ ਰਾਜੇ, ਪ੍ਰਭੂ ਉਹਨਾਂ ਦੀ ਪੈਜ ਰੱਖੇਗਾ ਜੀ, ਸਾਡੀ ਪੈਜ ਸਤਿਗੁਰੂ ਜੀ ਰੱਖਣਗੇ। ਤਿੰਨ ਕੀ ਨਿੰਦਾ ਕੋਈ ਕਿਆ ਕਰੇ, ਹੁਣ ਕੌਣ ਕੀ ਨਿੰਦਾ ਕਰੇਗਾ, ਜਪਣ ਵਾਲਿਆਂ ਦੀ ਕਿੰਨੀ ਕੁ ਨਿੰਦਾ ਕਰ ਲਾਂਗੇ, ਕਿਸ ਪਾਸਿਓਂ ਨਿੰਦਾ ਕਰ ਲਾਂ, ਨਾ ਪਾਪ ਰਹੇ, ਨਾ ਅਵਗੁਣ ਰਹੇ, ਨਾ ਵਿਕਾਰ ਰਹੇ, ਕਿਹੜੀ ਗੱਲ ਤੋਂ ਨਿੰਦਾ ਕਰੋਗੇ। ਗੁਰੂ ਰਾਮਦਾਸ ਜੀ ਕਹਿੰਦੇ ਨਿੰਦੇ ਨਿੰਦਕ ਜੋਗੀ ਜੋਗੇ ਕਰਮ ਹੀ ਨਹੀਂ ਰਹਿ ਜਾਂਦੇ। ਤਿੰਨ ਕੀ ਨਿੰਦਾ ਕੋਈ ਕਿਆ ਕਰੇ, ਜਿਨ ਹਰ ਨਾਮ ਪਿਆਰਾ, ਪਰ ਵਿਗਾੜਨ ਵਾਲੇ 100 ਖੜੇ ਹੋ ਜਾਣਗੇ ਵਿਘਨ, ਕਿਉਂਕਿ ਅੰਦਰ ਇਹ ਪ੍ਰੀਤ ਪੈਦਾ ਹੋਏਗੀ। ਜਿਹੜੇ ਨਹੀਂ ਜਪਦੇ ਉਹਨਾਂ ਦੇ ਅੰਦਰ ਕਿੱਥੇ ਈਰਖਾ ਪੈਦਾ ਹੋਏਗੀ, ਜਿਹੜੇ ਜਪਦੇ ਨੇ ਉਹਨਾਂ ਨੂੰ ਵੇਖ ਕੇ। ਗੁਰੂ ਰਾਮਦਾਸ ਜੀ ਕਹਿੰਦੇ ਜਿਨ ਹਰ ਸੇਤੀ ਮਨ ਮਾਨਿਆ, ਜਿਨ੍ਹਾਂ ਦੇ ਨਾਲ ਪ੍ਰਭੂ ਦਾ ਮਨ ਮੰਨ ਗਿਆ, ਸਭ ਦੁਸ਼ਟ ਝੱਖ ਮਾਰਾ, ਜਿਹੜੇ ਉਹਨਾਂ ਦਾ ਬੁਰਾ ਕਰਨ ਆਉਣਗੇ, ਵਿਗਾੜਨ ਆਉਣਗੇ, ਵਿਗਾੜ ਕੁਝ ਨਹੀਂ ਸਕਣਗੇ, ਝਾਕੀ ਮਾਰਦੇ ਰਹਿਣਗੇ, ਜਨ ਨਾਨਕ ਨਾਮ ਤੇ ਆਇਆ ਹਰ ਰੱਖਣ ਹਾਰ। ਪ੍ਰਭੂ ਰੱਖਣ ਹਾਰ ਨੇ ਜਿਨ੍ਹਾਂ ਨੇ ਨਾਮ ਜਪਿਆ ਜੀ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਨਹੀਂ ਛਡਾਇਆ। ਫਿਰ ਗੁਰੂ ਰਾਮਦਾਸ ਜੀ ਦੋ ਉਦਾਹਰਣ ਵੀ ਦੇ ਦਿੰਦੇ ਭਲਿਓ, ਜਿਹੜੇ ਜਪਦੇ ਨੇ ਨਾ ਉਹਨਾਂ ਦੀ ਨਿੰਦਾ ਕੋਈ ਕੀਤੀ ਜਾ ਸਕਦੀ ਹੈ, ਅਤੇ ਨਾ ਕੋਈ ਉਹਨਾਂ ਦਾ ਕੁਝ ਵਿਗਾੜ ਸਕਦਾ, ਸਭ ਦੁਸ਼ਟ ਝੱਖ ਮਾਰਾ, ਝੱਖ ਹੀ ਮਾਰਨਗੇ, ਉਹਨਾਂ ਦਾ ਕੁਝ ਨਹੀਂ ਵਿਗੜੇਗਾ। ਸਮਝਾਉਣ ਵਾਸਤੇ ਪੁਰਾਣਾਂ ਦੀਆਂ ਇੱਕ ਉਦਾਹਰਣ ਪੁਰਾਣ ਦੀ ਲਈ ਹੈ, ਅਤੇ ਇੱਕ ਉਦਾਹਰਣ ਜਿਹੜੀ ਇਸ ਧਰਤੀ 'ਤੇ ਪ੍ਰਤੱਖ ਵਾਪਰੀ, ਵਾਪਰੀਆਂ ਤਾਂ ਦੋਨੋਂ ਨੇ, ਪਰ ਆਹ ਜਿਹੜੀ ਹਰਨਾਕਸ਼ ਦੀ ਹੈ ਆਹ ਉਦਾਹਰਣ ਵੀ ਲਈ, ਅਤੇ ਨਾਮਦੇਵ ਜੀ ਦੀ ਉਦਾਹਰਣ ਵੀ ਲਈ। ਦੋ ਉਦਾਹਰਣਾਂ 'ਤੇ ਜੀ, ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਯਾਦ ਹੈ ਜੀ ਸਾਰਿਆਂ ਨੂੰ। ਪ੍ਰਭੂ ਜੀ ਪੈਜ ਰਾਮ ਰਾਜੇ, ਇਸ ਛੰਦ ਤੱਕ ਗੁਰੂ ਰਾਮਦਾਸ ਜੀ ਆਖਰੀ ਤੱਕ, ਸ਼ੁਰੂਆਤ ਤੋਂ ਲੈ ਕੇ ਆਗਾਜ਼ ਤੋਂ ਲੈ ਕੇ ਅੰਜਾਮ ਤੱਕ ਰਾਮ ਰਾਜੇ ਕਹਿੰਦੇ, ਉਹਨਾਂ ਨੂੰ ਪ੍ਰਭੂ ਰੱਖਦਾ ਹੈ, ਭਗਤਾਂ ਦੀ ਪੈਜ ਰੱਖਦਾ ਹੈ। ਕੀ ਕੀਤਾ, ਹਰਨਾਕਸ਼ ਦੁਸ਼ਟ ਹਰ ਮਾਰਿਆ, ਆਪਣੇ ਪੁੱਤਰ ਪ੍ਰਹਿਲਾਦ ਨੂੰ ਕਹਿੰਦਾ ਸੀ ਕਿ ਤੂੰ ਰਾਮ ਨਾਮ ਛੱਡ ਦੇ, ਅਤੇ ਉਹ ਕਹਿੰਦਾ ਨਹੀਂ ਛੋਡੂ ਰੇ ਬਾਬਾ, ਰਾਮ ਨਾਮ ਮੇਰੇ ਹੋਰ ਪੜਨ ਸਿਓ ਨਹੀਂ ਕਾਮ। ਅਤੇ ਕੀ ਕੀਤਾ ਫਿਰ, ਹਰਨਾਕਸ਼ ਨੇ ਉਹਨੂੰ ਮਾਰਿਆ, ਥੰਬ ਗਰਮ ਕਰਨ ਕਰਕੇ ਉਹਨੂੰ ਕਿਹਾ ਕਿ ਥੰਬ ਨੂੰ ਜੱਫਾ ਪਾ ਕੇ ਆਪਣੀ ਭੈਣ ਦੀ ਗੋਦ 'ਚ ਬਿਠਾਇਆ, ਪਰ ਮਾਰਨ ਲੱਗੇ ਤਾਂ ਥੰਬ ਹੀ ਕਹਿੰਦੇ ਦੈਂਤ ਦਾ ਰੂਪ ਧਾਰ ਕੇ ਹਰਨਾਕਸ਼ ਨੂੰ ਮਾਰ ਦਿੱਤਾ। ਰੱਬ ਨੇ ਥੰਬ ਦੇ ਵਿੱਚੋਂ ਮਾਰ ਦਿੱਤਾ, ਥੰਬ ਦੇ ਵਿੱਚੋਂ ਹੀ ਇੱਕ ਤੇਗ ਨਿਕਲੀ ਜਿਹੜਾ ਹਰਨਾਕਸ਼ ਦਾ ਸਿਰ ਲਾ ਦਿੱਤਾ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਪ੍ਰਹਿਲਾਦ ਨੇ ਬੰਦਗੀ ਕੀਤੀ, ਉਹ ਬਚ ਗਿਆ। ਇਸੇ ਤਰ੍ਹਾਂ ਭਗਤ ਨਾਮਦੇਵ ਜੀ ਨੂੰ ਉਸ ਥਾਂ ਤੋਂ ਪਕੜ ਕੇ ਜਿੱਥੇ ਵਿਠੂਲ ਸੀ, ਅੰਦਰ ਮੰਦਰ ਸੀ, ਦੇਵਾਲਿਆ ਸੀ, ਚੱਕ ਕੇ ਨੀਚ ਜ਼ਾਤ ਕਹਿ ਕੇ ਬਾਹਰ ਸੁੱਟ ਦਿੱਤਾ, ਜਿਹਨੂੰ ਕਿਹਾ ਕਿ ਜਿੱਥੇ ਨਾਮਦੇਵ ਜੀ ਬੰਦਗੀ ਕਰਨ, ਕਿ ਹੀਨਰੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਅਤੇ ਜਪੋ ਜੀ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਹੁਣ ਅੰਦਰ ਜਿਹੜੇ ਬੈਠੇ ਸੀ ਅਹੰਕਾਰੀ ਅਤੇ ਨਿੰਦਕ ਲੋਕ, ਜਿਹੜੇ ਜੈਲਸ ਕਰਦੇ ਸੀ ਨਾਮਦੇਵ ਜੀ ਤੋਂ, ਤੂੰ ਕਿੱਥੋਂ ਵੜ ਗਿਆ ਇੱਥੇ, ਉਹਨੂੰ ਚੱਕ ਕੇ ਬਾਹਰ ਸੁੱਟਿਆ, ਉਹ ਪਿਛਲੇ ਪਾਸੇ ਸੁੱਟ ਦਿੱਤਾ ਦੇਹੁਰਾ ਮੰਦਰ ਦੇ, ਪਰ ਜਿਸ ਪਾਸੇ ਨਾਮਦੇਵ ਜੀ ਬੈਠੇ ਦੇਹੁਰਾ ਪਲਟ ਗਿਆ, ਉਹ ਨਾਮਦੇਵ ਵੱਲ ਮੁੱਖ ਕਰ ਲਿਆ, ਅਤੇ ਉਸੀ ਬੀਠੁਲ ਜਿਹਨੂੰ ਪੁਜਾਰੀ ਪੂਜ ਰਹੇ ਸੀ ਟੱਲੀਆਂ ਅਤੇ ਘੰਟੀਆਂ ਵਜਾ ਕੇ, ਅਤੇ ਉਸੀ ਬੀਠੁਲ ਨੇ ਉਹਨਾਂ ਪੁਜਾਰੀਆਂ ਵੱਲ ਆਪਣੀ ਪਿੱਠ ਕਰ ਲਈ। ਇਹਨੂੰ ਕਿਹਾ ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਉਹਦੇ ਵੱਲ ਪਿੱਠ ਕਰ ਲਈ, ਨਾਮਦੇਵ ਮੁੱਖ ਲਾਇਆ, ਨਾਮਦੇਵ ਵੱਲ ਮੁੱਖ ਕਰ ਲਿਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ
ਛਡਾਇਆ। ਜੇ ਬੰਦਗੀ ਕਰਨੀ ਹੈ ਤਾਂ ਪ੍ਰਹਿਲਾਦ ਵਰਗੀ ਕਰੋ, ਨਾਮ ਦੇ ਵਰਗੀ ਕਰੋ, ਐਸੀ ਬੰਦਗੀ ਕਰੋ ਕਿ ਅੰਤ ਵੇਲੇ ਵੀ ਇਹ ਨਾਮ ਸਹਾ ਹੀ ਹੋਏ। ਸਮਾਂ ਸਮਾਪਤੀ ਵੱਲ ਹੈ ਜੀ। ਧੰਨਵਾਦ ਆਪ ਸਾਰਿਆਂ ਦੇ ਮਾਣ ਪਿਆਰ ਦਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ, ਜਿਨ੍ਹਾਂ ਨੇ ਕਿਰਪਾ ਕਰਕੇ ਇਹ ਛੰਦ ਸੰਪੂਰਨ ਕਰਵਾਏ। ਧੰਨਵਾਦ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ ਦਾ, ਬੜੇ ਪਿਆਰ ਸਤਿਕਾਰ ਨਾਲ ਬਾਣੀ ਦਾ ਉਚਾਰਨ ਕੀਤਾ ਜੀ। ਸਮੁੱਚੇ ਤੌਰ 'ਤੇ ਸਾਰਿਆਂ ਦਾ ਧੰਨਵਾਦ ਹੈ ਜੀ। ਸਤਿਗੁਰੂ ਜੀ ਮਿਹਰ ਕਰਨ। ਕੋਟਾਨ ਕੋਟ ਸ਼ੁਕਰਾਨਾ ਗੱਜ